ਸ਼ੁਕਰੀਆ, ਕਿਉਂਕਿ ਕ੍ਰਿਟੀਸਾਈਜ਼ ਹੀ ਸਾਰੇ ਬੰਦਿਆਂ ਨੂੰ ਹੈ ਨਾ ਬੈਟਰ ਬਣਾਉਂਦਾ ਸਾਰੀਆਂ ਚੀਜ਼ਾਂ ਦੇ ਵਿੱਚ। ਸੋ ਮੇਰੇ ਲਈ ਇਹ ਐਲਬਮ ਨਹੀਂ ਹੈਗੀ ਐਲਬਮ, ਕਿਉਂਕਿ ਮੇਰੀ ਯਾਨੀ ਕਿ ਦੋ ਸਾਲਾਂ ਦੇ ਵਿੱਚ ਜਿਹੜਾ ਜਿਹੜਾ ਜੋ ਜੋ ਚੀਜ਼ਾਂ ਮੇਰੀ ਜ਼ਿੰਦਗੀ ਦੇ ਵਿੱਚ ਹੋਈਆਂ, ਮੈਂ ਉਹੀ ਮੇਰਾ ਇਹਦੇ ਵਿੱਚ ਹੈਗਾ ਹੈ ਨਾ। ਜੇ ਆਪਾਂ ਕਹਿ ਲਾਂਗੇ ਵੀ ਜਾਂ ਕੁਛ, ਤਾਂ ਹੀ ਮੈਂ ਇਸ ਚੀਜ਼ ਨੂੰ ਸੈਲ ਆਊਟ ਨਹੀਂ ਕੀਤਾ, ਪ੍ਰੋਡਕਟ ਬਣਾ ਕੇ ਮੈਂ ਕਿਸੇ ਨੂੰ ਵੇਚਿਆ ਨਹੀਂ ਹੈ ਨਾ, ਅਤੇ ਨਾ ਹੀ ਮੈਂ ਕਦੇ ਵੇਚਣਾ। ਮੇਰੇ ਲਈ ਹਰੇਕ ਚੀਜ਼, ਮੇਰਾ ਹਰੇਕ ਗਾਣਾ ਮੇਰੇ ਲਈ ਹਕੀਕਤ ਹੈ ਨਾ, ਜੋ ਮੈਂ ਜ਼ਿੰਦਗੀ 'ਚ ਦੇਖਿਆ, ਜੋ ਮੈਂ ਸਿੱਖਿਆ ਹੈ ਨਾ। ਸੋ ਉਹੋ ਜਿਹੀਆਂ ਚੀਜ਼ਾਂ ਨੇ ਹੈ ਨਾ। ਅਤੇ ਬਾਕੀ ਬਾਕੀ ਇੱਕ ਗੱਲ ਹੋਰ ਵੀ ਸੀਗੀ ਬਾਈ, ਮੈਂ ਜਿਹੜੇ ਗਾਣੇ ਬਣਾ ਰਿਹਾ ਹੈ ਨਾ, ਇੱਕ ਗਾਣਾ ਪੱਗ 'ਤੇ, ਹਾਂ ਬਾਈ ਹੈਗਾ ਇੱਕ ਗਾਣਾ ਪੱਗ 'ਤੇ ਵੀ, ਅਤੇ ਉਹ ਵੀ ਆਊਗਾ, ਛੇਤੀ ਆਊਗਾ ਹੈ ਨਾ। ਅਤੇ ਤੁਸੀਂ ਪਸੰਦ ਵੀ ਕਰੋਗੇ ਮੈਨੂੰ, 101% ਇਹਦੀ ਸ਼ੋਰਟੀ ਆ। ਅਤੇ ਪੱਗ 'ਤੇ ਵੀ ਕਰਾਂਗੇ ਗਾਣਾ ਯਾਰ। ਜਿਹੜੀ ਗੱਲ ਵਿੱਚ ਰਹਿ ਗਈ ਸੀਗੀ, ਜਿਹੜੀ ਗੱਲ ਇਹ, ਕਈ ਬੰਦੇ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਰਹੇ ਵੀ ਇੱਦਾਂ ਉੱਦਾਂ ਹੈ ਨਾ। ਠੀਕ ਆ ਯਾਰ ਬਾਈ, ਮੈਂ ਤਾਂ ਪਹਿਲਾਂ ਹੀ ਕਿਹਾ, ਮੇਰੀ ਇੰਟਰੋ ਦਾ ਮਤਲਬ ਯਾਨੀ ਕਿ ਗਾਣੇ ਦੀ ਇੰਟਰੋ ਦਾ ਮਤਲਬ ਇਹ ਸੀ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਮੇਸ਼ਾ ਹਰੇਕ ਦੀ ਥਿੰਕਿੰਗ ਹਰੇਕ ਨਾਲ ਰਲੇ ਹੈ ਨਾ। ਇਹ ਜ਼ਰੂਰੀ ਨਹੀਂ ਹੁੰਦਾ ਵੀ ਜੋ ਮੈਂ ਸੋਚ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਸਹੀ ਲੱਗੇ, ਅਤੇ ਜ਼ਰੂਰੀ ਨਹੀਂ ਹੁੰਦਾ ਵੀ ਜੋ ਤੁਸੀਂ ਸੋਚ ਰਹੇ ਹੋ ਮੈਨੂੰ ਵੀ ਸਹੀ ਲੱਗੇ ਹੈ ਨਾ। ਜਿਹੜੇ ਜਿਹੜੇ ਬੰਦੇ ਵੀ ਹੈ ਨਾ, ਸੋ ਮੈਂ ਆਪਦੇ ਤਰੀਕੇ ਨਾਲ ਆਪਦੀ ਜ਼ਿੰਦਗੀ ਜਿਉਣਾ ਚਾਹੁੰਦਾ, ਤੁਸੀਂ ਆਪਦੇ ਤਰੀਕੇ ਨਾਲ ਜਿਉਂਦੇ ਹੋ, ਅਤੇ ਮੈਂ ਕੋਈ ਨਹੀਂ ਹੁੰਦਾ ਵੀ ਮੈਂ ਕਿਸੇ ਨੂੰ ਕਹਾਂ ਵੀ ਤੂੰ ਐਂ ਕਰ, ਤੂੰ ਐਂ ਕਰ, ਮੇਰਾ ਮੇਰੀ ਜ਼ਿੰਦਗੀ ਹੈ, ਮੈਂ ਤਾਂ ਹੀ ਕਰੂੰਗਾ ਹੈ ਨਾ। ਸੋ ਹਰੇਕ ਦਾ ਆਪੋ ਆਪਣਾ ਜਿਉਣ ਦਾ ਤਰੀਕਾ, ਮੇਰਾ ਤਰੀਕਾ ਕੁਛ ਹੋਰ ਹੋ ਸਕਦਾ, ਤੁਹਾਡਾ ਕੁਛ ਹੋਰ ਹੋ ਸਕਦਾ ਹੈ ਨਾ। ਅਤੇ ਜੇ ਕਿਸੇ ਨੂੰ ਕੋਈ ਫੋਰਸ ਕਰਦਾ ਤਾਂ ਐਡਾ ਕੋਈ ਘੈਂਟ ਨਹੀਂ ਜਾਣ ਵੀ ਕੋਈ ਕਿਸੇ ਨੂੰ ਕਹੇ ਵੀ ਤੂੰ ਇੱਦਾਂ ਕਰ, ਤੂੰ ਇੱਦਾਂ ਨਹੀਂ ਕਰਨਾ ਚਾਹੀਦਾ, ਤੂੰ ਇੱਦਾਂ ਕਰ, ਮੈਨੂੰ ਵਧੀਆ ਲੱਗਿਆ ਮੈਂ ਕੀਤਾ ਅਤੇ ਮੈਂ ਕਰੂੰਗਾ ਹੈ ਨਾ। ਅਤੇ ਸਨੀ ਮਾਲਟਨ ਅਤੇ ਬਿੱਗ ਬਰਡ ਹੁਣਾਂ ਨੂੰ ਲੈ ਆਓ, ਉਹ ਜਾਨ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ, ਮੈਂ ਆਲਰੇਡੀ ਕਹਿ ਚੁੱਕਿਆ ਹੈ ਨਾ। ਮੇਰੀ ਜ਼ਿੰਦਗੀ ਦੇ ਵਿੱਚ ਥੋੜ੍ਹੇ ਬਹੁਤ ਅਸੂਲ ਨੇ ਜਿਹੜੇ ਮੈਂ ਆਲਵੇਜ਼ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਕਰ, ਅੱਜ ਮੈਂ ਬੈਠਾ ਨਾ ਉਸ ਚੀਜ਼ 'ਤੇ ਮੈਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ। ਠੀਕ ਆ ਡਾਰਲਿੰਗ, ਕਈ ਵਾਰੀ ਆਪਾਂ ਇਕੱਠੇ ਕੰਮ ਕਰਦੇ ਹਾਂ, ਕਿਤੇ ਆਪਣੀ ਦੋਸਤੀ ਮਿੱਤਰਤਾ ਹੁੰਦੀ ਹੈ, ਅਤੇ 100 ਵਾਰੀ ਹੁੰਦਾ ਵੀ ਆਪਣੇ ਸਰਕਮਸਟੈਂਸਿਸ ਖਰਾਬ ਹੋ ਜਾਂਦੇ ਉਹਨਾਂ ਨੇ ਵੀ। ਠੀਕ ਆ ਆਪਾਂ ਇੱਕ ਦੂਜੇ ਨਾਲ ਨਹੀਂ ਬਣਦੀ, ਤਾਂ ਮੇਰਾ ਉਸ ਚੀਜ਼ 'ਤੇ ਇਹ ਸੁਭਾਅ ਵੀ ਆਪਾਂ ਨੈਗੇਟਿਵਿਟੀ ਨਾ ਕ੍ਰੀਏਟ ਕਰੀਏ। ਠੀਕ ਆ ਯਾਰ, ਉਹ ਆਪਦੇ ਵਧੀਆ ਕੰਮ ਕਰ ਰਹੇ ਨੇ ਹੈ ਨਾ, ਮੈਂ ਆਪਦਾ ਕੰਮ ਕਰ ਰਿਹਾ। ਠੀਕ ਹੈ, ਸਨੀ ਦਾ ਮੈਨੂੰ ਮੈਸੇਜ ਵੀ ਆਇਆ ਸੀ, ਸਨੀ ਨਾਲ ਠੀਕ ਆ ਯਾਰ, ਮੈਂ ਉਹਨੂੰ ਵੀ ਇਹੀ ਕਿਹਾ ਵੀ ਭਰਾ ਤਾਂ ਭਰਾ ਹੀ, ਚੱਲ ਠੀਕ ਹੈ, ਕਈ ਵਾਰੀ ਜਿੱਥੇ ਆਪਾਂ ਵਰਤ ਰਹੇ ਹਾਂ ਉੱਥੇ 100 ਵਾਰੀ ਲੜਾਈ ਝਗੜਾ ਵੀ ਹੋ ਜਾਂਦਾ, ਕਈ ਚੀਜ਼ਾਂ ਦੇ ਵਿੱਚ ਆਪਾਂ ਸਹਿਮਤੀ ਵੀ ਨਹੀਂ ਹੁੰਦੀ ਵੀ, ਕਈ ਚੀਜ਼ਾਂ 'ਤੇ ਆਪਾਂ ਨੂੰ ਬੁਰਾ ਵੀ ਲੱਗਦਾ ਹੈ ਨਾ, ਮੈਨੂੰ ਵੀ ਲੱਗਿਆ ਹੈ ਨਾ, ਓਬਵੀਅਸ ਗੱਲ ਹੈ ਵੀ ਯਾਰ ਮੈਂ ਸ਼ਾਇਦ ਉਹ ਚੀਜ਼ ਉਹ ਸਨੀ ਵੀ ਸਮਝ ਗਿਆ ਹੋਊਗਾ, ਸਾਰੇ ਸਮਝ ਗਏ ਹੋਣਗੇ। ਠੀਕ ਹੈ ਡਾਰਲਿੰਗ, ਉਹ ਵੀ ਵਧੀਆ ਨੇ ਵਿਚਾਰੇ, ਮੇਰੇ ਲਈ ਮੇਰੇ ਮਨ ਦੇ ਵਿੱਚ ਉਹਨਾਂ ਲਈ ਕੋਈ ਨੈਗੇਟਿਵਿਟੀ ਨਹੀਂ ਹੈਗੀ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਮੇਰੀ ਸਨੀ ਨਾਲ ਗੱਲ ਹੋਈ ਹੈ ਹੈ ਨਾ। ਸੋ ਇਹਦਾ ਮਤਲਬ ਇਹ ਵੀ ਨਹੀਂ ਵੀ ਹੈ ਨਾ ਯਾਰ ਮੈਂ ਕਿਸੇ ਹੋਰ ਟਾਈਪ ਦਾ ਬੰਦਾ, ਉਹ ਕਿਸੇ ਹੋਰ ਹਿਸਾਬ ਕਿਤਾਬ ਨਾਲ ਸੋਚਦੇ ਆ, ਉਹ ਵੀ ਠੀਕ ਨੇ ਆਪਣੀ ਜਗ੍ਹਾ ਚੰਗੇ ਨੇ ਯਾਰ, ਮੈਂ ਵੀ ਆਪਦਾ ਹੈ ਨਾ। ਪਰ ਜਿਹੜੀ ਚੀਜ਼ ਮੈਂ ਸੋਚਦਾ ਜਾਂ ਨਾ, ਮੈਂ ਤਾਂ ਮੇਰਾ ਤਾਂ ਸੁਭਾਅ ਆ ਜਾਨ ਵੀ, ਜਿੱਥੇ ਮੇਰੀ ਇੱਕ ਵਾਰੀ ਹੈ ਨਾ ਸਿਸਟਮ ਮੇਰਾ ਖਰਾਬ ਹੋ ਗਿਆ, ਮੇਰੇ ਤੋਂ ਦੁਬਾਰੇ ਐਡਜਸਟਮੈਂਟ ਨਹੀਂ ਹੁੰਦੀ ਹੈ ਨਾ ਕੋਈ ਵੀ ਬੰਦਾ ਹੈ ਨਾ। ਚੱਲ ਸਨੀ ਨੂੰ ਵਧੀਆ ਲੱਗਿਆ ਹੈ ਨਾ, ਉਹਨੇ ਉਹਦਾ ਐਡਾ ਦਿਲ ਹੈ ਵੀ ਉਹਨੇ ਆ ਕੇ ਕਿਹਾ ਵੀ ਬਾਈ ਮੈਥੋਂ ਗਲਤੀ ਹੋ ਗਈ, ਮੈਂ ਕਿਹਾ ਠੀਕ ਆ ਬਾਈ ਤੂੰ ਮੇਰਾ ਭਰਾ ਹੈ, ਕੋਈ ਦਿੱਕਤ ਨਹੀਂ, ਸਾਰੀ ਗਲਤੀਆਂ ਕਰਦੇ ਆ ਬਰੋ, ਕਈ ਵਾਰੀ ਮੇਰੇ ਤੋਂ ਵੀ ਹੋਈਆਂ ਹੋਣਗੀਆਂ ਜ਼ਿੰਦਗੀ ਦੇ ਵਿੱਚ, ਮੈਂ ਬਥੇਰੇ ਬੰਦਿਆਂ ਨਾਲ ਲੜਿਆ ਹੋਊਗਾ ਨਾ, ਅਤੇ ਕੋਈ ਦਿੱਕਤ ਨਹੀਂ ਹੈਗੀ ਜਾਣਾ ਨਾ। ਪਰ ਸਨੀ ਠੀਕ ਹੈ ਵਿਚਾਰਾ, ਓਕੇ ਆ ਹੈ ਨਾ, ਪਰ ਕੁਛ ਕੁ ਬੰਦਿਆਂ ਨਾਲ ਜਿਹੜੇ ਮੈਂ ਜ਼ਿੰਦਗੀ 'ਚੋਂ ਇਲੀਮੀਨੇਟ ਕਰ ਦਿੰਦਾ ਜਾਣਾ, ਮੈਂ ਕਦੇ ਉਹਨਾਂ ਚੀਜ਼ਾਂ ਬਾਰੇ ਸੋਚਦਾ ਵੀ ਨਹੀਂ ਹੈਗਾ ਮੁੜ ਕੇ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਕਹਿੰਦੇ ਹੁੰਦੇ ਨਾ ਵੀ ਜੱਟਾਂ ਦਾ ਸੁਭਾਅ ਇਹ ਹੁੰਦਾ ਵੀ ਕਈ ਵਾਰੀ ਕੀ ਗੰਨਾ ਦੇ ਦਿੰਦੇ ਆ ਕਿ ਭੇਲੀ ਦੇ ਦਿੰਦੇ ਹੁੰਦੇ ਆ, ਹਾਂ ਵੀ ਅਸੀਂ ਆਪਣਾ ਤਾਂ ਸੁਭਾਅ ਹੈ ਜਨ ਵੀ ਜਿੱਥੇ ਸਾਡਾ ਦਿਲ ਨਹੀਂ ਮਿਲਦਾ ਹੈ ਨਾ, ਵੀ ਉੱਥੇ ਚਾਹੇ ਕੋਈ ਵੀ ਹੈ, ਚਾਹੇ ਕਿੱਡਾ ਹੀ ਨੁਕਸਾਨ ਹੋ ਜਾਵੇ, ਚਾਹੇ ਮੈਂ ਯਾਰ ਜਮੀ ਫਲੋਪ ਹੋ ਜਾਵਾਂ, ਮੇਰਾ ਇੱਕ ਵੀ ਗਾਣਾ ਨਾ ਚੱਲੇ ਕੱਲ੍ਹ ਨੂੰ, ਠੀਕ ਆ ਡਾਰਲਿੰਗ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਸੈਟਸ ਬਣਾਉਣੇ ਸੀ, ਮੈਂ ਕੁਛ ਕੁ ਬਣਾ ਲਏ, ਕੁਛ ਕੁ ਬਣਾ ਲੈਣੇ ਆ ਹੈ ਨਾ। ਸੋ
ਜਿੱਥੇ ਆਪਣੇ ਆਪਣੀ ਜ਼ਿੰਦਗੀ 'ਚ ਅਸੂਲ ਦਾ ਨਾਲ ਸਮਝੌਤਾ ਨਹੀਂ ਹੈ ਨਾ ਜਾਨ, ਠੀਕ ਹੈ ਕਿਤੇ ਰੱਬ ਕੱਲ੍ਹ ਨੂੰ ਕਿਸੇ ਨੇ ਹੋਇਆ ਕਿਤੇ ਮੇਰੇ ਮਨ ਦੇ ਵਿੱਚ ਇਹ ਆਈ ਹੈ ਨਾ, ਠੀਕ ਹੈ, ਪਰ ਵੀ ਮੈਂ ਹਾਲੇ ਮੇਰੇ ਮੇਰੇ ਯਾਨੀ ਕਿ ਦਿਮਾਗ ਦਾ ਮੇਰੇ ਮੇਰੇ ਮਨ ਦਾ ਜਿਹੜਾ ਮੇਰੀ ਅੰਤਰਾਤਮਾ ਦਾ ਮਾਹੌਲ ਨਹੀਂ ਹੈਗਾ ਹੈ ਨਾ, ਅਤੇ ਮੈਂ ਜਿੱਥੇ ਜਾਣ ਮੇਰੀ ਵਿਗੜ ਜਾਂਦੀ ਹੈ ਡਾਰਲਿੰਗ, ਮੈਂ ਔਖਾ ਸੌਖਾ ਮੈਂ ਕਰ ਨਹੀਂ ਸਕਦਾ। ਮੈਂ ਸਿਰਫ ਇਹ ਵੀ ਨਹੀਂ ਵੀ ਮੈਂ ਕਿਸੇ ਬੰਦੇ 'ਤੇ ਨੈਗੇਟਿਵਿਟੀ ਕਰਾਂ, ਜਾਂ ਵੀ ਜੇ ਮੈਂ ਮੈਨੂੰ ਜੇ ਕਿਸੇ ਨੇ ਮੈਨੂੰ ਮਾੜਾ ਬੋਲਿਆ ਤਾਂ ਮੈਂ ਉਹਦਾ ਨੁਕਸਾਨ ਕਰਾਂ, ਪਰ ਮੇਰਾ ਇਹ ਠੀਕ ਹੈ ਯਾਰ, ਜਾਂ ਸਜ਼ਾ ਦੇਣ ਵਾਲਾ ਮਾੜਾ ਕਰਨ ਵਾਲਾ ਜਾਂ ਇਨਸਾਫ ਕਰਨ ਵਾਲਾ ਪਰਮਾਤਮਾ ਦੇ ਟਾਈਮ, ਵਕਤ ਸਭ ਤੋਂ ਵੱਡੀ ਚੀਜ਼ ਹੈ ਹੈ ਨਾ। ਜਿੰਨਾ ਜਿੰਨਾ ਬਾਰੇ ਜਿੰਨਾ ਜਿੰਨਾ ਨੇ ਸਾਡੇ ਬਾਰੇ ਮੇਰੇ ਬਾਰੇ ਕੁਛ ਨੈਗੇਟਿਵਿਟੀ ਕੀਤੀ ਹੈ ਨਾ, ਉਹਨਾਂ ਨੂੰ ਅੱਜ ਦਿਖੀ ਜਾਂਦਾ ਸਾਰਾ ਕੁਛ ਹੈ ਨਾ। ਕਈ ਬੰਦੇ ਨੂੰ ਆਪਣਾ ਪਤਾ ਲੱਗ ਗਿਆ ਹੈ ਨਾ ਵੀ ਠੀਕ ਹੈ ਯਾਰ ਉਹ ਸਹੀ ਨਹੀਂ ਸੀ ਜਾਂ ਕੁਛ ਹੋਰ ਨਹੀਂ ਸੀ, ਮੈਨੂੰ ਠੀਕ ਹੈ ਯਾਰ, ਜਿੰਨਾਂ ਨੇ ਆਪਣੀ ਚੀਜ਼ ਉਹ ਮੰਨ ਲਈ ਵੀ ਹਾਂ ਬਾਈ ਯਾਰ ਇੱਥੇ ਅਸੀਂ ਗਲਤੀ, ਠੀਕ ਹੈ ਯਾਰ, ਆਲਵੇਜ਼ ਕੋਈ ਦਿੱਕਤ ਨਹੀਂ, ਲੜਾਈਆਂ ਝਗੜੇ ਹੁੰਦੇ ਰਹਿੰਦੇ ਆ। ਕਈ ਬੰਦਿਆਂ ਨੂੰ ਆਪਾਂ ਮੰਨ ਲੈਂਦੇ ਵੀ ਚੱਲ ਠੀਕ ਹੈ ਯਾਰ ਤੂੰ ਸਹੀ ਹੈ ਨਾ, ਕਈ ਬੰਦੇ ਸਹੀ ਹੁੰਦੇ ਨੇ, ਉਹਨਾਂ ਨੂੰ ਉਸ ਤਰੀਕੇ ਨਾਲ ਮੋਲਡ ਕੀਤਾ ਜਾਂਦਾ ਵੀ ਹਾਂ ਇਹ ਗਲਤ ਸੀ ਇਹਨੇ ਐਂ ਕੀਤਾ ਐਂ ਕੀਤਾ, ਠੀਕ ਹੈ, ਆਪਾਂ ਨੂੰ ਵੀ ਪਤਾ ਸਾਰੀ ਦੁਨੀਆਦਾਰੀ, ਪਰ ਇਹ ਆ ਵੀ ਕਿਤੇ 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 ਨਾ ਕਿਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਠੀਕ ਹੈ ਯਾਰ ਜਿਹੜੇ ਹੈ ਨਾ ਆਪੋ ਆਪਣੇ ਕੰਮ ਨੂੰ ਸਾਰੇ ਘੈਂਟ ਨੇ ਸਾਰੇ, ਕੋਈ ਵੀ ਇੱਥੇ ਜਿਹੜਾ ਕੰਮ ਕਰੀ ਜਾਂਦਾ ਹੈ ਨਾ, ਅਤੇ ਸੋ ਕੋਈ ਮਸਲਾ ਨਹੀਂ ਹੈਗਾ ਜਾਨ ਵੀ ਜਾਂ ਤੁਸੀਂ ਕਹੀ ਜਾਓਗੇ ਵੀ ਐਂ ਕਰਦੀ ਜਾਂ ਉਹਦੇ ਨਾਲ, ਨੈਗੇਟਿਵਿਟੀ ਕਿਸੇ ਲਈ ਵੀ ਨਹੀਂ ਹੈਗੀ, ਕੋਈ ਵੀ ਬੰਦਾ ਹੋ ਗਿਆ ਚਾਹੇ ਉਹ ਮੇਰੇ ਵਿਰੋਧੀ ਹੈ ਚਾਹੇ ਉਹ ਮਾੜਾ ਚਾਹੇ ਜੋ ਵੀ ਹੈ ਨਾ, ਕਿਉਂਕਿ ਹੁਣ ਇਹ ਟਾਈਮ ਡਾਰਲਿੰਗ ਨੈਗੇਟਿਵਿਟੀ ਦਾ ਨਹੀਂ ਹੈਗਾ, ਟਾਈਮ ਸਿਰਫ ਕੰਮ ਕਰਨ ਦਾ ਹੈ ਨਾ, ਜੋ ਵੀ ਜਿੱਦਾਂ ਨਾ ਹਾਂ ਇਹ ਹੋ ਸਕਦੀ ਹੈ ਮੇਰੀ ਇੰਟਰਨਲ ਵਿਚਾਰਧਾਰਾ ਹੋਵੇ ਮੇਰੀ ਕਿਸੇ ਨਾਲ ਨਹੀਂ ਬਣਦੀ, ਮੇਰੀ ਨਹੀਂ ਬਣਦੀ ਅਤੇ ਮੇਰੀ ਕਈ ਵਾਰੀ ਨਹੀਂ ਬਣਨੀ ਵੀ ਨਹੀਂ ਹੈ ਨਾ, ਸੋ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਮੇਰਾ ਮਿਊਜ਼ਿਕ ਆ, ਮਿਊਜ਼ਿਕ ਮੇਰਾ ਅਲੱਗ ਹੈ, ਮੇਰੀ ਪਰਸਨਲ ਲਾਈਫ ਅਲੱਗ ਹੈ ਜਾਂ ਕੋਈ ਬੰਦਾ ਮੈਨੂੰ ਚੰਗਾ ਲੱਗਦਾ ਕੋਈ ਨਹੀਂ ਲੱਗਦਾ, ਜਿਹੜੇ ਨਹੀਂ ਲੱਗਦੇ ਉਹ ਨਹੀਂ ਲੱਗਣਗੇ ਅੱਗੇ ਵੀ ਨਹੀਂ ਲੱਗਣਗੇ, ਠੀਕ ਹੈ, ਜਿਹੜੇ ਜਿਹੜੇ ਜਿਹਦੇ ਨਾਲ ਮੈਂ ਠੀਕ ਹਾਂ ਜਾਂ ਉਹਨਾਂ ਨਾਲ ਠੀਕ ਹੈ ਹੈ ਨਾ, ਅਤੇ ਆਪਾਂ ਐਡੇ ਕਠੋਰ ਵੀ ਨਹੀਂ ਵੀ ਜੇ ਕੋਈ ਬੰਦਾ ਆ ਕੇ ਆਪਣੇ ਕੋਲ ਕਹਿ ਦੇ ਵੀ ਭਾਈ ਭਰਾ ਹੈ ਨਾ ਵੀ ਆਹ ਚੀਜ਼ਾਂ ਸੀ, ਠੀਕ ਹੈ ਚੱਲ ਰਿਸ਼ਤਿਆਂ ਦੇ ਵਿੱਚ ਲੜੀਆਂ ਝਗੜੇ ਹੁੰਦੇ ਆ ਪਰ ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਹੈ, ਸਾਰੇ ਕਿਸੇ ਲਈ ਵੀ ਨੈਗੇਟਿਵਿਟੀ ਨਹੀਂ, ਸਾਰੇ ਮੈਂ ਸਾਰਿਆਂ ਅੱਗੇ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਵੀ ਸਾਰੇ ਗਰੋ ਕਰਨ, ਸਾਰੇ ਘੈਂਟ ਰਹਿਣ ਹੈ ਨਾ ਉਹਦੀ ਜ਼ਿੰਦਗੀ ਦੇ ਵਿੱਚ, ਸਾਰਾ ਕੁਛ ਵਧੀਆ ਹੋਵੇ। ਦੂਜੀ ਗੱਲ ਮੂਵ ਸਟੇਪ ਇਹ ਹੈ ਜਾਨ ਵੀ ਇਹ ਇੱਕ ਐਲਬਮ ਜਿਹੜੀ ਹੈਗੀ ਹੈ ਵੀ ਮੈਂ ਆਪਣੇ ਸਿਰਫ ਮੇਰੀਆਂ ਗੱਲਾਂ ਨੇ ਇਹਦੇ 'ਚ ਹੈ ਨਾ। ਕਈ ਬੰਦੇ ਮੈਨੂੰ ਕਹਿੰਦੇ ਵੀ ਮੈਂ ਭਰਾ ਮੈਂ ਤਾਂ ਕਿਸੇ 'ਤੇ ਤੂੰ ਮੈਂ ਕਦੇ ਕਰਦਾ ਹੀ ਨਹੀਂ, ਠੀਕ ਹੈ ਨਾ, ਮੈਂ ਤਾਂ ਮੈਂ ਹੀ ਕਰਦਾ ਕਿਉਂਕਿ ਮੇਰੀ ਜ਼ਿੰਦਗੀ 'ਤੇ ਮੇਰੇ ਸ਼ੁਰੂ ਤੋਂ ਸਟਾਈਲ ਇਹ ਰਿਹਾ, ਮੈਂ ਇਸ ਚੀਜ਼ ਨਾਲ ਲੈ ਕੇ ਆਇਆ ਸੀਗਾ ਵੀ ਮੈਂ ਆਪਣੇ ਤਰੀਕੇ ਨਾਲ ਗਾਉਣਾ ਹੈ ਨਾ, ਮੈਂ ਆਪਣੇ ਤਰੀਕੇ ਨਾਲ ਲਿਖਦਾ, ਠੀਕ ਹੈ, ਸੋ ਉਹ ਮੇਰਾ ਤਰੀਕਾ ਡਾਰਲਿੰਗ, ਮੈਂ ਨਾ ਮੈਂ ਅੱਜ ਕਰਨ ਨੂੰ ਹਟਾ ਨਾ ਮੈਂ ਕੱਲ੍ਹ ਨੂੰ ਕਰਨ ਨੂੰ ਹਟਾ, ਕਿਉਂਕਿ ਮੇਰੀ ਲਾਈਫ ਹੈ, ਮੇਰੇ ਗਾਣੇ ਮੇਰੀ ਲਾਈਫ 'ਤੇ ਬੇਸਡ ਹੁੰਦੇ ਨੇ ਅਤੇ ਮੈਂ ਹੀ ਕਰੂੰਗਾ। ਸੋ ਜਿਹਨੂੰ ਮੇਰੀ ਮੈਂ ਨਾਲ ਤਕਲੀਫ ਹੈ ਮੇਰਾ ਵੀਰ ਜਿਹੜੇ ਤੂੰ ਕਰਦੇ ਉਹਨਾਂ ਨੂੰ ਸੁਣ ਲਿਓ ਹੈ ਨਾ ਵੀਰੇ, ਸੋ ਮੈਂ ਤਾਂ ਮੇਰੀ ਤਾਂ ਮੈਂ ਆਪਣੀ ਕਵਿਤਾ ਲਿਖਦਾ, ਆਪਣੀ ਜ਼ਿੰਦਗੀ ਦੀ ਤੋਂ ਆਪਣੇ ਗਾਣੇ ਲਿਖਦਾ, ਤਰੀਕੇ ਨਾਲ ਲਿਖਦਾ ਆਪਣੇ ਆਪ ਨੂੰ ਹੈ ਨਾ, ਜੋ ਮੈਨੂੰ ਮੇਰਾ ਤਰੀਕਾ ਸਹੀ ਲੱਗਦਾ ਮੈਂ ਤਾਂ ਉਹੀ ਰੱਖਣਾ ਹੈ ਨਾ ਵੀਰੇ, ਉਹ ਮੇਰਾ ਸਟਾਈਲ ਹੈ। ਅੱਜ ਤੋਂ ਜਦੋਂ ਮੈਂ 2017 ਦੇ ਵਿੱਚ ਮੈਂ ਆਪਣਾ ਗਾਣੇ ਕੀਤੇ ਸੀ, ਉਦੋਂ ਵੀ ਮੈਨੂੰ ਸੇਮ ਇਹੀ ਗੱਲ ਲੋਕਾਂ ਨੇ ਕਹੀ ਸੀਗੀ ਵੀ ਬਾਈ ਇਹਦੇ ਗਾਣੇ ਵੀ ਇਹ ਮੈਂ ਕਰਦਾ ਵੀਰੇ, ਸ਼ੁਰੂ ਤੋਂ ਹੀ ਮੈਂ ਇਸ ਚੀਜ਼ ਦਾ ਮੈਂ ਉਦੋਂ ਵੀ ਇਹੀ ਐਕਸਪਲੇਨ ਕੀਤਾ ਸੀ, ਭਰਾ ਮੇਰੀ ਜ਼ਿੰਦਗੀ ਹੈ, ਮੈਂ ਆਪਣੇ ਤਰੀਕੇ ਨਾਲ ਲਿਖਦਾ, ਮੈਂ ਆਪਣੇ ਤਰੀਕੇ ਨਾਲ ਗਾਉਣਾ, ਸੋ ਮੇਰਾ ਸਟਾਈਲ ਆ ਉਹ ਹੈ ਨਾ, ਮੈਂ ਉਹਨੂੰ ਡਰੋਪ ਨਹੀਂ ਕਰ ਸਕਦਾ, ਠੀਕ ਹੈ, ਕਿਸੇ ਲਈ ਵੀ ਹੈ ਨਾ, ਚਾਹੇ ਕਿਸ ਨੂੰ ਚੰਗਾ ਲੱਗੇ ਉਹ ਮੈਨੂੰ ਸੁਣਨਾ ਛੱਡ ਸਕਦੇ, ਉਹ ਤੂੰ ਵਾਲੇ ਸੁਣ ਲਓ ਵੀਰੇ ਹੈ ਨਾ, ਕੋਈ ਰੌਲਾ ਨਹੀਂ ਹੈਗਾ। ਸੋ ਆਹ ਵੀ ਮੈਂ ਦੂਜੀ ਗੱਲ ਇਹ ਹੈ, ਇੱਕ ਚੀਜ਼ਾਂ ਇਹ ਹੁੰਦੀਆਂ ਵੀ ਆਪਣੇ ਇੰਡਸਟਰੀ ਦੇ ਵਿੱਚ ਨਾ ਕਈ ਚੀਜ਼ਾਂ ਨੇ ਵੀ ਜਿਵੇਂ ਹੁਣ ਕੋਈ ਵੀ ਚੀਜ਼ ਹੈ ਨਾ, ਮੈਂ ਗਾਣੇ ਕੀਤੇ ਹੈ ਨਾ, ਹੁਣ ਇੱਥੋਂ ਵੀ ਮੈਂ ਤੋਂ ਹੀ ਸਟਾਰਟ ਹੁੰਦੀ ਹੈ ਗੱਲ, ਮੈਂ ਗਾਣੇ ਕੀਤੇ, ਮੈਂ ਐਲਬਮ ਕੀਤੀ ਹੈ, ਅਤੇ ਮੇਰੇ ਬਹੁਤ ਜਿੰਨੇ ਵੀ ਚਾਹੁਣ ਵਾਲੇ ਨੇ ਬਹੁਤ ਲੋਕ ਐਪਰੀਸ਼ੀਏਟ ਕਰਦੇ ਨੇ, ਸੁਣ ਰਹੇ ਨੇ ਹੈ ਨਾ, ਕਈ ਬੰਦੇ ਨੂੰ ਉਹ ਚੀਜ਼ਾਂ ਕਿਤੋਂ ਨਾ ਕਿਤੋਂ ਇਹ ਲੱਗਦੀ ਵੀ ਇੱਥੇ ਆਹ ਕਮੀ ਹੈ,
ਡੈਸਕ ਗੁੱਡ ਹੈ ਨਾ ਹੋਣਾ ਚਾਹੀਦਾ। ਪਰ ਕਈ ਕਿਤੇ ਨਾ ਕਿਤੇ ਇਹ ਚੀਜ਼ਾਂ ਹੋ ਜਾਂਦੀਆਂ ਵੀ ਕਈ ਬੰਦਿਆਂ ਨੂੰ, ਕਈ ਬੰਦੇ ਵੀ ਮੇਰੇ ਹੱਥੇ ਚੜੇ ਹੁੰਦੇ ਨੇ ਅਤੇ ਮੈਂ ਉਹਨਾਂ ਦੀ ਸਿੱਧੀ ਪਤਲੀ ਕੀਤੀ ਹੁੰਦੀ ਹੈ, ਸੋ ਉਹਨਾਂ ਦੇ ਜਿਹੜੇ ਕੁਛ ਉਹਨਾਂ ਨੇ ਫੇਕ ਪੇਜਸ, ਕੁਛ ਆਈਡੀਜ਼ ਊਡੀਜ਼ ਹੁੰਦੀਆਂ ਨੇ, ਉਹ ਫਿਰ ਸੇਮ ਬੰਦੇ ਸੇਮ ਕਮੈਂਟ ਕਰਦੇ ਵੀ ਵਧੀਆ ਨਹੀਂ, ਵਧੀਆ ਨਹੀਂ। ਠੀਕ ਆ ਡਾਰਲਿੰਗ, ਵਧੀਆ ਨਹੀਂ ਹੈਗਾ ਤਾਂ ਵਧੀਆ ਨਹੀਂ ਹੈਗਾ, ਮੈਂ ਤੁਹਾਡੇ ਖਾਤਰ ਤਾਂ ਮੈਂ ਗਾਣੇ ਗਾ ਹੀ ਨਹੀਂ ਰਿਹਾ ਹੈ ਨਾ, ਮੈਂ ਸਿਰਫ ਆਪਦੇ ਬੰਦਿਆਂ ਵਾਸਤੇ ਜਿਹੜੇ ਮੈਨੂੰ ਚਾਹੁਣ ਵਾਲੇ ਨੇ, ਪਾਰਟੀਕੁਲਰ ਮੇਰੀ ਆਈਡੈਂਟੀ ਹੈ, ਜਿੰਨੇ ਮੈਨੂੰ ਚਾਹੁਣ ਵਾਲੇ ਨੇ, ਜਿਹੜੇ ਮੇਰੇ ਲਈ ਹਮੇਸ਼ਾ ਦੁਆ ਕਰਦੇ ਨੇ, ਜਿਨ੍ਹਾਂ ਨੇ ਮੇਰੇ ਲਈ 5-5 million ਕਮੈਂਟਸ ਕੀਤਾ, ਜਿਨ੍ਹਾਂ ਨੇ ਮੈਨੂੰ ਮੇਰੇ ਲਈ ਵੇਟ ਕੀਤੀ ਹੈ, ਮੈਂ ਸਿਰਫ ਉਹਨਾਂ ਵਾਸਤੇ ਇੱਥੇ ਹਾਂ ਹੈ ਨਾ, ਨਾ ਨੈਗੇਟਿਵਿਟੀ, ਨਾ ਕਿਸੇ ਹੋਰ ਦੀ ਬੁਲਸ਼ਿਟ ਵਾਸਤੇ ਵੀ, ਜਾਂ ਮੈਂ ਨਾ ਕਿਸੇ ਨੂੰ ਐਕਸਪਲੇਨ ਕਰਨ ਵਾਸਤੇ ਵੀ ਮੈਂ ਘੈਂਟ ਹਾਂ, ਤੁਹਾਡੇ ਵਰਗਾ ਨਹੀਂ ਹੈਗਾ ਜਾਂ ਮੈਂ ਫਲਾਨਾ ਦੇ, ਮੇਰੀ ਆਪਦੀ ਜ਼ਿੰਦਗੀ ਹੈ ਯਾਰ, ਮੈਂ ਆਪਦੇ ਬੰਦਿਆਂ ਵਾਸਤੇ ਗਾਉਣਾ, ਆਪਦੇ ਲੋਕਾਂ ਵਾਸਤੇ, ਉਹ ਮੈਨੂੰ ਪਸੰਦ ਕਰ ਰਹੇ ਨੇ ਅਤੇ ਉਹ ਮੈਨੂੰ ਡੇਲੀ ਮੇਰੇ ਨਾਲ ਮੇਰਾ ਹਾਲ ਚਾਲ ਪੁੱਛਦੇ, ਮੇਰਾ ਮੈਸੇਜ ਕਰਦੇ ਵੀ ਹਾਂ ਬਾਈ ਘੈਂਟ ਨੇ, ਠੀਕ ਹੈ ਨਾ, ਅਤੇ ਮੈਂ ਗਾ ਵੀ ਉਹਨਾਂ ਵਾਸਤੇ ਰਿਹਾ। ਡਾਰਲਿੰਗ, ਇਟਸ ਨਨ ਆਫ ਯੋਰ ਬਿਜ਼ਨਸ ਜੋ ਵੀ ਉਹ ਗੱਲਾਂ ਬੰਦਾ ਕਰ ਰਹੇ ਨੇ ਵੀ, ਜਾਂ ਕੋਈ ਫੇਕ ਆਈਡੀਜ਼ ਕਰ ਰਹੀਆਂ, ਅਤੇ ਨਾਲੇ ਡਾਰਲਿੰਗ ਮੈਂ ਤਾਂ ਇਹੋ ਜਿਹਾ ਬੰਦਾ ਵੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਆਪਦੇ ਆਪ ਤੋਂ ਸਰਟੀਫਿਕੇਟ ਲੈਣਾ, ਮੈਂ ਕੋਈ ਤੀਜਾ ਚੌਥਾ ਬੰਦਾ ਮੇਰੇ ਖਾਤਰ ਮੈਟਰ ਹੀ ਨਹੀਂ ਕਰਦਾ, ਜਾਂ ਕੋਈ ਆਪਾਂ ਨੂੰ ਦੱਸੇ ਹੈ ਨਾ ਵੀ ਬਾਈ ਤੂੰ ਆਇਆ, ਮੇਰੀ ਤਾਂ ਯਾਰ ਆਪਦੀ ਜ਼ਿੰਦਗੀ ਹੈ ਛੋਟੀ ਜਿਹੀ ਹੈ ਨਾ, ਪਤਾ ਆਪਦੇ ਸਟਾਈਲ ਨਾਲ ਚੱਲਣਾ ਹੈ ਨਾ, ਪਹਿਲਾਂ ਵੀ 2-3 ਸਾਲ ਜ਼ਿੰਦਗੀ ਜਿੰਨੀ ਕੱਢੀ ਹੈ ਉਹ ਵੀ ਆਪਣੀ ਜ਼ਰੂਰਤ ਨਾਲ ਆਪਦੇ ਤਰੀਕੇ ਨਾਲ ਜਿਉਂਦੀਆਂ, ਅਤੇ ਅੱਗੇ ਵੀ ਜਿੰਨਾ ਚਿਰ ਬਾਬੇ ਨੇ ਸਾਹ ਚਲਾਏ ਉਨਾ ਚਿਰ ਉਵੇਂ ਤਰੀਕੇ ਨਾਲ ਚੱਲਾਂਗੇ ਹੈ ਨਾ। ਅਤੇ ਹਾਂ, ਦੂਜੀ ਗੱਲ ਡਾਰਲਿੰਗ, ਹੁਣ ਆਉਣਾ ਕੁਸ਼ਚਨ ਤੁਸੀਂ ਪੁੱਛਿਆ ਵੀ ਜਿਹੜੇ ਲੋਕ ਮੇਰੇ ਵਾਂਗੂ ਕਮੈਂਟਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਇੰਨੇ ਕਮੈਂਟ ਕਰ ਦਿਓ, ਇੰਨਾ ਕਮੈਂਟ ਕਰ, ਡਾਰਲਿੰਗ ਉਹ ਉਹਨਾਂ ਦੀ ਇੰਡੀਵਿਜੁਅਲਿਟੀ ਹੈ ਹਨਾ, ਕੋਈ ਕੀ ਕਰ ਰਿਹਾ ਜਾਣ ਉਹਦੇ 'ਤੇ ਮੇਰਾ ਕੋਈ ਹੱਕ ਨਹੀਂ ਅਤੇ ਨਾ ਹੀ ਮੈਂ ਕਿਸੇ ਨੂੰ ਕਹਿਣਾ ਚਾਹੁੰਦਾ ਹੈ ਨਾ। ਕੋਈ ਰੀਸ ਕਰਦਾ, ਕੋਈ ਕੁਛ ਕਹੀ ਜਾਂਦਾ ਵੀ ਮੈਂ ਇਹ ਕਰਤਾ ਜੀ, ਤੁਸੀਂ ਮੇਰੇ ਲਈ ਇੰਨੇ ਕਮੈਂਟ ਕਰੋ, ਇੰਨੇ ਕਮੈਂਟ ਕਰੋ, ਜਾਂ ਅਗਲੇ ਦੀ ਇੰਡੀਵਿਜੁਅਲਿਟੀ ਹੈ ਜੇ ਉਹਨਾਂ ਦੀ ਕਰਤੂਤ ਅਕਾਤ ਉਨੀ ਹੋਊਗੀ ਜਾਣ ਹੈ ਨਾ, ਜਾਂ ਉਹਨਾਂ ਨੂੰ ਇੰਨੇ ਲੋਕ ਪਿਆਰ ਕਰਦੇ ਹੋਣਗੇ ਉਹ ਕਰ ਦੇਣਗੇ ਜਾਣ, ਪਰ ਮੇਰਾ ਕਿਸ ਨਾਲ ਐਟ ਦੀ ਮੂਮੈਂਟ ਕਿਸ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਵੀਰ, ਮੇਰੀ ਲੇਨ ਦੇ ਵਿੱਚ ਮੈਂ ਸਿਰਫ ਮੈਂ ਇਕੱਲਾ ਹੈ ਨਾ, ਅਤੇ ਗਰਮ ਨਹੀਂ ਹੋਇਆ ਡਾਰਲਿੰਗ, ਮੈਂ ਉੱਦਾਂ ਹੀ ਨੋਰਮਲ, ਤੁਸੀਂ ਮੈਂ ਤੁਹਾਨੂੰ ਅੱਜ ਕਿਹਾ ਵੀ ਕੁਸ਼ਚਨ ਪੁੱਛ ਲਓ ਡਾਰਲਿੰਗ ਜਿਹੜੇ ਜਿਹੜੇ ਹੈਗੇ ਨੇ, ਕਿਉਂਕਿ 2-3 ਮਹੀਨੇ ਹੋ ਗਏ ਤੁਸੀਂ ਮੈਨੂੰ, ਬਹੁਤ ਮੇਰੇ ਖਾਸ ਬੰਦਿਆਂ ਨੇ ਬਾਈ ਲਾਈਵ ਕਿੱਦਣ ਹੋਊਗੇ ਲਾਈਵ, ਮੈਂ ਤੁਹਾਨੂੰ ਉਹੀ ਗੱਲ ਕਰਕੇ, ਕਿਉਂਕਿ ਮੈਂ ਐਲਬਮ ਕੀਤੀ ਪਰ ਮੈਂ ਐਲਬਮ ਦਾ ਬੇਸਿਕ ਕੰਸੈਪਟ ਜਿਹੜੀ ਹੈਗੀ ਹੈ, ਯਾਨੀ ਕਿ ਉਹ ਕਿਉਂ ਬਣੀ, ਕਿਉਂ ਬਣਾਈ ਗਈ, ਉਹ ਨਹੀਂ ਮੈਂ ਤੁਹਾਨੂੰ ਦੱਸਿਆ ਕਿਸੇ ਨੂੰ ਹੈ ਨਾ, ਅਤੇ ਉਹਦੇ 'ਚ ਗਾਣੇ ਕਿੱਦਾਂ ਦੇ ਨੇ, ਕਿਉਂ ਨੇ ਇੱਦਾਂ ਦੇ ਗਾਣੇ ਹੈ ਨਾ, ਤਾਂ ਮੈਂ ਇਹ ਨਹੀਂ ਦੱਸਿਆ ਨਾ ਵੀ। ਦੂਜੀ ਗੱਲ ਡਾਰਲਿੰਗ, ਕੋਈ ਬੰਦਾ ਮੇਰਾ ਨਾਮ ਲੈ ਕੇ ਮੇਰੇ ਵਰਗਾ ਕਵੇ ਵੀ ਇੰਨੇ ਕਮੈਂਟ ਹੈ ਨਾ, ਜਾਂ ਉਹਨੇ ਆਹ ਕਰਤਾ, ਦੇਖ ਡਾਰਲਿੰਗ ਮੇਰਾ ਸੋਸ਼ਲ ਮੀਡੀਆ ਹੈ ਨਾ, ਮੇਰੀ ਜ਼ਿੰਦਗੀ ਹੈ, ਮੇਰੇ ਗਾਣੇ ਨੇ, ਅਤੇ ਮੇਰਾ ਤਰੀਕਾ ਮੈਂ ਕਦੋਂ ਉਹਨਾਂ ਨੂੰ ਛੱਡਾਂ, ਕਿਵੇਂ ਉਹਨਾਂ ਨੂੰ ਛੱਡਾਂ, 100 ਕਮੈਂਟ 'ਤੇ ਛੱਡਾਂ, 2 ਕਮੈਂਟਾਂ 'ਤੇ ਛੱਡਾਂ, ਲੱਖ 'ਤੇ ਛੱਡਾਂ, 5 million 'ਤੇ ਛੱਡਾਂ, ਉਹ ਮੇਰੀ ਜ਼ਿੰਦਗੀ ਹੈ, ਮੈਨੂੰ ਜੋ ਸਹੀ ਲੱਗੂ ਮੈਂ ਕਰੂੰਗਾ, ਮੈਂ ਕੱਲ੍ਹ ਨੂੰ ਕਰੋੜ ਕਵਾਂ, 10 million ਕਵਾਂ, ਠੀਕ ਹੈ, ਉਹ ਮੇਰੀ ਜ਼ਿੰਦਗੀ ਹੈ, ਅਤੇ ਮੈਨੂੰ ਕੋਈ ਉਂਗਲ ਕਰਕੇ ਕਹਿ ਨਹੀਂ ਸਕਦਾ ਵੀ ਤੂੰ ਐਂ ਕਰਦਾ, ਸਾਡੀ ਇੰਡੀਵਿਜੁਅਲਿਟੀ ਆ, ਤਾਂ ਉਹ ਮੈਂ ਕਰੂੰਗਾ, ਠੀਕ ਹੈ, ਮੈਂ ਅੱਗੇ ਵੀ ਕਰੂੰਗਾ, ਅਤੇ ਪੂਰੇ ਵੀ ਕਰੂੰਗਾ, 5 million ਕਿਹਾ ਤਾਂ 5 ਹੋਇਆ, ਕੱਲ੍ਹ ਨੂੰ 10 ਕਹੂੰਗਾ ਤਾਂ 10 ਵੀ ਹੋਣਗੇ, ਸੋ ਉਹ ਵੀਰੇ ਕੋਈ ਨਾ ਮੈਨੂੰ ਕੋਈ ਰੋਕ ਸਕਦਾ ਅਤੇ ਨਾ ਹੀ ਮੈਨੂੰ ਕੋਈ ਇਹ ਗੱਲ ਕਹਿ ਸਕਦਾ ਮਗਰੋਂ ਬੋਲਣਾ ਜਾਂ ਕੁਛ ਉਹ ਗੱਲ ਕਰਨਾ ਨਾ, ਉਹ ਬੱਚੇ ਚਾਈਲਡਿਸ਼ ਥਿੰਗਸ ਨੇ ਸਾਰੀਆਂ ਹੈ ਨਾ, ਉਹ ਨਾ ਹੀ ਮੈਂ ਉਹੀ ਕਹੀਏ ਤਾਂ ਵੀ ਡਾਰਲਿੰਗ ਉਹ ਮੇਰੀ ਜ਼ਿੰਦਗੀ ਹੈ, ਮੇਰੀ ਆਪਦੀ ਲੇਨ ਹੈ ਹੈ ਨਾ, ਅਤੇ ਉਹ ਮੈਂ ਉਵੇਂ ਹੀ ਚੱਲਣਾ ਜਾਣ, ਮੇਰਾ ਤਰੀਕਾ ਉਹ ਜ਼ਿੰਦਗੀ ਜਿਉਣ ਦਾ, ਮੈਂ ਮੈਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ, ਮੈਂ ਆਪਦੇ ਭਰਾਵਾਂ ਨੂੰ, ਠੀਕ ਹੈ, ਮੈਂ ਦੇਖਣਾ ਚਾਹੁੰਦਾ, ਮੈਨੂੰ ਵਧੀਆ ਲੱਗਦਾ ਯਾਰ, ਮੈਂ 5 million ਪਾਵਾਂ, ਮੈਂ ਕੱਲ੍ਹ ਨੂੰ 20 million ਵੀ ਪਾਊਂਗਾ, ਤਾਂ ਇਸ ਓਕੇ ਯਾਰ, ਉਹ ਤੁਹਾਨੂੰ ਉਹਦੇ 'ਚੋਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਕਦੀ, ਚੱਲੋ ਬਾਈ ਉਹਦਾ ਕੋਈ ਇਹਦਾ ਕੋਈ ਅਸਰ ਨਹੀਂ ਹੈਗਾ। ਅਤੇ ਦੂਜੀ ਡਾਰਲਿੰਗ, ਜਿੰਨੇ ਮੇਰੇ ਸੁਣਨ ਵਾਲੇ ਨੇ, ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਮੇਰਾ ਭਰਾ, ਮਿਊਜ਼ਿਕ ਮੇਰਾ ਮਿਊਜ਼ਿਕ ਹੈ, ਮੈਂ ਸਿਰਫ ਤੁਹਾਨੂੰ ਖੁਸ਼ ਕਰਨ ਵਾਸਤੇ ਹੈ ਨਾ, ਯਾਨੀ ਕਿ ਆਪਣਾ ਮਿਊਜ਼ਿਕ ਤੁਹਾਨੂੰ ਦੇ ਰਿਹਾ ਹੈ ਨਾ, ਕਿਸੇ ਨਾਲ ਲੜਨ ਵਾਸਤੇ ਜਾਂ ਕਿਸੇ ਬਾਰੇ ਮਾੜਾ ਚੰਗਾ ਬੋਲਣ ਵਾਸਤੇ ਮਿਊਜ਼ਿਕ ਨਹੀਂ ਹੈਗਾ, ਸਿਰਫ ਮਿਊਜ਼ਿਕ ਨੂੰ ਸੁਣੋ, ਐਪਰੀਸ਼ੀਏਟ ਕਰਨਾ ਜਾਂ ਨਾ ਕਰਨਾ,
ਇਹ ਤੁਹਾਡੇ 'ਤੇ ਡਿਪੈਂਡ ਹੈ, ਪਰ ਇਹਨੂੰ ਸੁਣੋ। ਮਿਊਜ਼ਿਕ ਇਜ਼ ਓਨਲੀ ਫੋਰ ਇੰਟਰਟੇਨਮੈਂਟ, ਕਿਸੇ ਨੂੰ ਕਿਸੇ ਲਈ ਨੈਗੇਟਿਵਿਟੀ ਜਾਂ ਕਿਸੇ ਦੀਆਂ ਪਰਸਨਲ ਲਾਈਫ ਮੈਨੂੰ, ਮੈਂ ਕਹਿੰਦਾ ਵੀ ਇਨਕਲੂਡ ਨਾ ਕਰੋ, ਮੈਂ ਕਹਾਉਣਾ ਮੈਨੂੰ ਭੁੱਲ ਜਾਓ, ਬਸ ਮਿਊਜ਼ਿਕ ਆਇਆ ਮੇਰਾ ਉਹਨੂੰ ਸੁਣੋ, ਤੁਹਾਨੂੰ ਮੇਰੀ ਮੈਂਟੈਲਿਟੀ 'ਚ ਕਿਹੋ ਜਾਏਗਾ, ਤੁਹਾਨੂੰ ਸਾਰਾ ਕੁਛ ਪਤਾ ਲੱਗ ਜੂਗਾ, ਹੈ ਨਾ। ਅਤੇ ਕੁਛ ਬੰਦੇ ਕਹਿ ਰਹੇ ਨੇ ਵੀ ਉਹਦੇ ਨਾਲ ਮੁਕਾਬਲਾ ਜੀ, ਉਹਨੇ ਐਲਬਮ ਛੱਡੀ, ਹੁਣ ਦਿੱਕਤ ਜਾਣ ਕਿਸੇ ਨੂੰ, ਕਿਸੇ ਆਹ ਚੀਜ਼ ਕੰਪੈਰੀਜ਼ਨਸ ਦੇ ਵਿੱਚ ਨਾ ਪਿਆ ਕਰੋ, ਕੰਪੈਰੀਜ਼ਨ ਕ੍ਰੀਏਟੀਵਿਟੀ ਨੂੰ ਕਿੱਲ ਕਰਦਾ। ਪੋਜ਼ਿਟਿਵ ਰਹੋ ਜਾਨ, ਠੀਕ ਹੈ, ਆਪਦਾ ਕੰਮ ਕਰੋ, ਮਿਊਜ਼ਿਕ ਮਿਊਜ਼ਿਕ ਦੀ ਤਰ੍ਹਾਂ ਸੁਣੋ, ਕੋਈ ਲੋੜ ਨਹੀਂ ਕਿਸੇ ਨਾਲ ਬੈਸਣ ਦੀ, ਕਿਸੇ ਨੂੰ ਨੈਗੇਟਿਵ ਕਹਿਣ ਦੀ, ਹੈ ਨਾ। ਆਹੀ ਚੀਜ਼ਾਂ ਇੱਥੇ ਰਹਿ ਜਾਣਗੀਆਂ, ਇਹੀ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰੇ, ਹੈ ਨਾ, ਆਪਾਂ ਇੰਨੇ ਕੁ ਛੋਟੇ ਜਿਹੇ, ਮੈਂ ਆਹ ਪਿੰਡ 'ਚੋਂ ਆਇਆ, ਮੂਸੇ ਪਿੰਡ 'ਚੋਂ, ਹੈ ਨਾ, ਛੋਟਾ ਜਿਹਾ ਆਪਣੀ ਰੀਜਨਲ ਲੈਂਗੁਏਜ ਵੀ ਨਹੀਂ ਦੱਸਦੇ ਐਪਲ ਮਿਊਜ਼ਿਕ 'ਤੇ, ਹੈ ਨਾ। ਅਤੇ ਆਪਣਾ ਐਡਾ ਵੱਡਾ ਦੇਸ਼ ਹੈ, ਕਿੰਨੀ ਆਬਾਦੀ ਹੈ ਡਾਰਲਿੰਗ, ਹੈ ਨਾ। ਸਗੋਂ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ, ਸਾਰੇ ਪੰਜਾਬੀਆਂ ਨੂੰ ਖੁਸ਼ ਹੋਣਾ ਚਾਹੀਦਾ ਵੀ ਵੀ ਨੰਬਰ 1 'ਤੇ ਟ੍ਰੇਲਰ ਜਾ ਰਿਹਾ ਯਾਰ, ਇੰਡੀਆ ਦੇ ਨੰਬਰ 1 'ਤੇ, ਹੈ ਨਾ। ਰਾਧੇ ਰਾਧੇ ਫਿਲਮ ਦਾ ਸੈਕਿੰਡ ਨੰਬਰ 'ਤੇ, ਹੈ ਨਾ। ਉਹ ਤੋਂ ਬਾਅਦ ਕੈਨੇਡਾ ਦੇ ਵਿੱਚ ਓਲੀਵੀਆ ਰੋਡਰਿਗਸ ਨਾਮ ਦੀ ਸਿੰਗਰ ਹੈ ਕੋਈ, ਉਹਨੇ ਵੀਡੀਓ ਕੱਢਿਆ, 36 million ਵਿਊਜ਼ ਨੇ ਉਹਦੇ ਵੀਡੀਓ ਦੇ ਲਗਾਤਾਰ 6 ਦਿਨ ਤੋਂ ਯਾਰ। ਕੈਨੇਡਾ ਦੇ ਵਿੱਚ, ਇੰਡੀਆ ਦੇ ਵਿੱਚ ਟ੍ਰੈਂਡਿੰਗ ਨੰਬਰ 1 ਸਿਰਫ ਆਡੀਓ ਜਾ ਰਿਹਾ, ਹੈ ਨਾ। ਸਭ ਤੋਂ ਵੱਧ ਵਿਊਜ਼ ਵਾਲਾ, ਸਭ ਤੋਂ ਵੱਧ ਵਿਊਜ਼ ਵਾਲਾ ਅਤੇ ਸਭ ਕਮੈਂਟਸ ਵਾਲਾ ਗਾਣਾ ਹੈ, ਆਡੀਓ ਗਾਣਾ ਹੈਗਾ ਇੰਡੀਆ ਦਾ, ਵਿੱਚ ਆਈ ਐਮ ਬੈਕ, ਹੈ ਨਾ। ਇੰਡੀਆ ਦੇ ਵਿੱਚ ਟ੍ਰੈਂਡਿੰਗ ਨੰਬਰ 1 'ਤੇ ਆ ਯਾਰ, ਕੈਨੇਡਾ ਦੇ ਵਿੱਚ। ਸਗੋਂ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਇਸ ਚੀਜ਼ 'ਤੇ ਪ੍ਰਾਊਡ ਹੋਣਾ ਚਾਹੀਦਾ, ਸਗੋਂ ਦੀ ਦੂਜਿਆਂ ਨੂੰ ਦੇਖ ਕੇ ਯਾਰ। ਕੰਪੀਟੀਸ਼ਨ ਕਰੋ, ਵਧੀਆ ਗੱਲ ਹੈ, ਮਿਹਨਤ ਕਰੋ, ਠੀਕ ਹੈ। ਜੇ ਮੈਂ ਮੇਰੇ ਕੋਲ 5 million ਆਉਂਦੇ, ਤੁਸੀਂ 10 million ਕਰਾਓ, 20 million ਕਰਾਓ, ਮੈਥੋਂ ਅੱਗੇ ਲੰਘੋ, ਹੈ ਨਾ। ਦੈਟਸ ਦਾ ਗੁੱਡ ਸਪਿਰਿਟ, ਹੈ ਨਾ। ਉਹਦੇ ਨਾਲ ਮਿਊਜ਼ਿਕ ਨੂੰ ਵੀ ਵਧੀਆ ਚੀਜ਼ ਮਿਲਦੀ ਹੈ, ਹੈ ਨਾ। ਅਤੇ ਵੀ ਤੁਸੀਂ ਇਹ ਦੇਖੋ ਜਾਣ, ਆਪਣਾ ਪੰਜਾਬੀ ਤਾਮ ਸ਼ਾਮ, ਕਿੰਨੇ ਪੰਜਾਬੀ ਮਿਊਜ਼ਿਕ ਕਿੰਨੀ ਅੱਗੇ ਜਾ ਰਿਹਾ, ਕਿੰਨੇ ਲੋਕ ਆਪਾਂ ਨੂੰ ਸੁਣਨ ਲੱਗ ਗਏ, ਹੈ ਨਾ। ਕਿੰਨੇ ਗੋਰੇ ਕਾਲੇ ਅੱਗੇ ਕਿੰਨੇ ਸੁਣਦੇ ਆ ਯਾਰ, ਹੈ ਨਾ। ਵੀ ਤੁਹਾਨੂੰ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਨਾ ਕਿ ਇੱਕ ਦੂਜੇ ਦੀਆਂ। ਮੈਨੂੰ ਇਹੀ ਚੀਜ਼ ਬੁਰੀ ਲੱਗ ਰਹੀ ਹੈ ਸਾਰੀ ਆਪਣੇ ਪੰਜਾਬੀਆਂ ਦੇ ਵਿੱਚ, ਵੀ ਇੱਕ ਬੰਦਾ ਅੱਗੇ ਲੰਘ ਰਿਹਾ ਯਾਰ, ਤੁਸੀਂ ਉਹਦੀਆਂ 100 ਕਮੀਆਂ ਕੱਢ ਕੇ ਉਹਨੂੰ ਮਾੜਾ ਬੋਲ ਕੇ, ਉਹਨੂੰ ਮਾੜਾ ਬੋਲ ਕੇ, ਹੋਣਾ ਕਿਸੇ ਦਾ ਕੁਛ ਨਹੀਂ ਡਾਰਲਿੰਗ, ਅਤੇ ਹੋਣਾ ਕਿਸੇ ਦਾ ਕੁਛ ਵੀ ਨਹੀਂ, ਹੈ ਨਾ। ਕਿਸੇ ਦੀ ਕਿਸਮਤ ਹੈ, ਹੁਣ ਮੈਂ ਚਾਹਾਂ ਵੀ ਕੋਈ ਬੰਦਾ ਅੱਗੇ ਲੰਘ ਰਿਹਾ, ਮੈਂ ਉਹਨੂੰ ਗਾਲਾਂ ਕੱਢਾਂ, ਚਾਰ ਨਹੀਂ ਰੋਕ ਸਕਦਾ ਜਾਨ ਮੈਂ, ਅਤੇ ਨਾ ਹੀ ਕੋਈ ਮੈਨੂੰ ਰੋਕ ਸਕੂਗਾ, ਹੈ ਨਾ। ਸੋ ਇਹ ਜ਼ਿੰਦਗੀ ਦਾ ਇਹੀ ਹੈ ਵੀ ਜੋ ਵੀ ਕੋਈ ਵੀ ਬੰਦਾ ਆਪਣਾ, ਆ ਛੋਟਾ ਜਿਹਾ ਜ਼ੋਨ ਹੈ, ਕਈ ਬੰਦੇ ਆਪਣੇ 'ਚ ਬੋਲੀਵੁੱਡ ਗਏ, ਉਹਨਾਂ ਦੀ ਸਪੋਰਟ ਕਰੋ, ਹੈ ਨਾ। ਜਿਹੜੇ ਗਏ, ਜਿਹੜੇ ਜਿਹਨੇ ਚੰਗਾ ਕੀਤਾ ਉਹਦਾ, ਹੈ ਨਾ, ਕਰੋ ਵੀ ਨਾ ਕਿ ਆਹ ਲੱਤਾਂ ਖਿੱਚਣਾ ਜਾਂ ਕਿਸੇ ਨੂੰ ਮਾੜਾ ਬੋਲਣਾ, ਤਾਂ ਹੀ ਆਪਾਂ ਕਾਮਯਾਬ ਨਹੀਂ ਹੁੰਦੇ, ਹੈ ਨਾ। ਸੋ ਉਹੀ ਗੱਲ ਹੈ ਵੀ ਜੇ ਆਪਾਂ ਕਿਸੇ ਲਈ ਬੈਸਟ ਵਿਸ਼ਸ ਆਪਾਂ ਦੇਵਾਂਗੇ ਜਾਂ ਕੁਛ ਬੈਸਟ ਸੋਚਾਂਗੇ, ਤਾਂ ਹੀ ਆਪਣਾ ਬੈਸਟ ਹੋ ਸਕਦਾ। ਜੇ ਆਪਾਂ ਕਿਸੇ ਲਈ ਨੈਗੇਟਿਵ ਸੋਚਾਂਗੇ, ਉਹ ਨੈਗੇਟਿਵਿਟੀ ਆਪਣਾ ਹੀ ਨੁਕਸਾਨ ਕਰਦੀ ਹੈ ਨਾ। ਸੋਨਮ ਬਾਜਵਾ ਸਟੇਅਰਿੰਗ ਵੀਲ, ਮੈਂ ਕੀ ਆਹ ਲਾ ਹੋਰ ਦੇਖ ਲਓ, ਇੱਧਰ ਮੈਂ ਪਾਣੀ ਵੱਲ ਹੀ ਕਰ ਦਿੰਦਾ, ਵਿਊ ਚੇਂਜ ਕਰ ਦਿੰਦਾ। ਸੋ ਇਹ ਚੀਜ਼ਾਂ ਨੇ। ਅਤੇ ਸੈਕਿੰਡ ਥਿੰਗ ਵੀ ਜਿਹੜੀ ਆਪਣੀ ਐਲਬਮ ਹੈਗੀ ਯਾਰ, ਮੈਂ ਇੰਟਰੋ ਦੇ ਵਿੱਚ ਵੀ ਕਹਿਤਾ ਸੀਗਾ ਵੀ ਐਲਬਮ ਡਾਰਲਿੰਗ ਸਿਰਫ ਮੇਰੇ ਸੁਣਨ ਵਾਲਿਆਂ ਵਾਸਤੇ ਆ, ਹੋਰ ਕੋਈ ਇਹਨੂੰ ਨਾ ਸੁਣੋ। ਕੋਈ ਉਹ ਮੈਂ ਇੰਟਰਵਿਊ ਉਹ ਇੰਟਰੋ ਤਾਂ ਨਹੀਂ ਪਾਈ ਹੈਗੀ ਵੀ ਕੋਈ ਜਾਂ ਕੋਈ ਉਹਦੀ ਹਾਈਪ ਕ੍ਰੀਏਟ ਕਰਨ ਵਾਸਤੇ, ਉਹ ਸਿਰਫ ਇਹੀ ਗੱਲ ਹੀ ਕਹਿਣਾ ਵੀ ਯਾਰ ਕਈ ਬੰਦੇ ਨੂੰ ਮੇਰੀਆਂ ਪਹਿਲਾਂ ਵੀ ਗੱਲਾਂ ਚੰਗੀਆਂ ਹੀ ਲੱਗਦੀਆਂ ਵੀ, ਹੈ ਨਾ, ਵੀ ਇੱਦਾਂ ਉੱਦਾਂ ਯੇ ਹੈ ਵੋ ਹੈ, ਹੈ ਨਾ। ਠੀਕ ਆ ਡਾਰਲਿੰਗ, ਫਿਰ ਅਸੀਂ ਕਿਹੜਾ ਤੁਹਾਡੇ ਤੋਂ ਸਰਟੀਫਿਕੇਟ ਲੈਣਾ, ਤੁਸੀਂ ਨਾ ਸੁਣੋ ਸਾਨੂੰ। ਬਹੁਤ ਯੂਟਿਊਬ ਕਿੰਨਾ ਕੁਛ, ਯੂਟਿਊਬ ਦੇ ਉੱਤੇ ਕਿੰਨੇ ਸੋਹਣੇ ਗਾਣੇ ਨੇ, ਪੰਜਾਬੀ ਗਾਣੇ ਵੀ ਨੇ, ਹਿੰਦੀ ਵੀ ਨੇ, ਇੰਗਲਿਸ਼ ਵੀ ਨੇ, ਉਹ ਸੁਣੋ, ਹੈ ਨਾ। ਸੋ ਵੀ ਆਹ ਚੀਜ਼ ਆ ਡਾਰਲਿੰਗ। ਅਤੇ ਵੀ ਆਹੀ ਗੱਲਾਂ ਸੀਗੀਆਂ ਮੋਟੀਆਂ ਮੋਟੀਆਂ, ਟ੍ਰੈਂਡਿੰਗ 'ਤੇ ਚੱਲ ਰਿਹਾ ਜਾਨ, ਸਾਰਿਆਂ ਦਾ ਸ਼ੁਕਰੀਆ ਦੀ ਆ, ਸ਼ੁਕਰੀਆ ਦਾ, ਹੈ ਨਾ। ਹਜੇ ਸਿਰਫ ਕਈ ਬੰਦੇ, ਹੈ ਨਾ, ਕਰ ਰਹੇ ਵੀ ਐਲਬਮ 'ਚ ਬਈ 3 ਗਾਣੇ ਆਏ ਫਲਾਨਾ, ਅਤੇ ਹਜੇ ਜਾਨ 3 ਆਏ, ਹੈ ਨਾ, 30 ਗਾਣੇ ਨੇ। 30 ਗਾਣਿਆਂ ਤੱਕ ਤੁਸੀਂ ਦੇਖ ਲਿਓ, ਸੁਣ ਲਿਓ, ਦੁਬਾਰੇ ਰਿਪੀਟ ਸੁਣੋਗੇ, ਹੈ ਨਾ। ਐਲਬਮ ਇੱਥੇ ਹੀ ਰਹਿਣੀ ਹੈ ਮੇਰੀ, ਨਾ ਕਿਤੇ ਕੱਲ੍ਹ ਨੂੰ ਚੱਲੀ ਜਾਣੀ ਹੈ ਨਾ ਪਰਸੋਂ, ਹੈ ਨਾ। ਹੁਣ ਮੈਂ ਇੱਥੋਂ ਰਿਲੀਜ਼ ਕਰ ਦੂੰਗਾ ਗਾਣੇ, ਅਤੇ ਉਹ ਸਾਰੀ ਜ਼ਿੰਦਗੀ ਸੋਸ਼ਲ ਮੀਡੀਆ 'ਤੇ ਰਹਿਣੇ ਨੇ, ਸਟ੍ਰੀਮਿੰਗ ਚੈਨਲਸ 'ਤੇ ਰਹਿਣੇ ਨੇ। ਅਤੇ
ਕੋਈ ਦਿੱਕਤ ਨਹੀਂ ਕੰਪੈਰੀਜ਼ਨ ਕਰਨਾ, ਉਹ ਸਾਰੀ ਐਲਬਮ ਆਊਗੀ ਮੇਰੀ, ਸਾਰੀ ਜ਼ਿੰਦਗੀ ਉੱਥੇ ਰਹਿਣੀ ਹੈ। ਜਿਹਦੇ ਨਾਲ ਮਰਜ਼ੀ ਕੰਪੇਅਰ ਕਰ ਲਿਓ, ਅਗਲਿਆਂ ਨੇ ਸੁਣ ਲਓ, ਮੇਰੀਆਂ ਵੀ ਸੁਣ ਲਿਓ, ਜਿਹੜਾ ਤੁਹਾਨੂੰ ਵਧੀਆ ਲੱਗਿਆ ਉਹਨੂੰ ਐਪਰੀਸ਼ੀਏਟ ਕਰ ਦਿਓ, ਦੈਟਸ ਇਟ। ਹੈ ਨਾ, ਮੈਂ ਕਹਿੰਦਾ ਮੈਂ ਬਹੁਤ ਚੱਕ ਦੂੰਗਾ ਫੱਟੇ, ਹੈ ਨਾ, ਠੀਕ ਹੈ, ਮੇਰੀ ਜ਼ਿੰਦਗੀ ਹੈ ਯਾਰ, ਮੈਨੂੰ ਤਾਂ ਨਜ਼ਾਰਾ ਆਉਂਦਾ, ਆਪਾਂ ਤਾਂ ਆਪਦਾ ਕੰਮ ਕਰਦੇ ਹਾਂ, ਮੈਨੂੰ ਵਧੀਆ ਲੱਗਦਾ ਉਸ, ਠੀਕ ਹੈ। ਸੋ ਵੀ ਕੋਈ ਕਿਸੇ ਦੀ ਹੇਟ ਜਾਂ ਕੁਛ ਆਹ ਚੀਜ਼ ਨਾ ਕਰੋ, ਹਜੇ ਉਹੀ ਗੱਲ ਹੈ, ਹਜੇ ਤਾਂ ਸਿਰ 'ਚੋਂ ਪੁਣੀ ਵੀ ਨਹੀਂ ਕੱਤੀ, ਪਹਿਲੀ ਆਪਾਂ ਤਾਂ ਹੈ ਨਾ ਲਾਟ ਮਾਰਨ ਲੱਗ ਗਏ, ਹਜੇ 3 ਆਏ ਨੇ ਜਾਣ, 27 ਗਾਣੇ ਹੋਰ ਨੇ, ਹੈ ਨਾ, ਅਤੇ ਆਪਦਾ ਨਜ਼ਾਰੇ ਲਓ ਜਾਣ, ਇੰਜੋਏ ਕਰੋ, ਚੰਗਾ ਲੱਗਦਾ, ਸੁਣੋ ਬਾਈ ਯਾਰ ਨੇ ਨਾਲ, ਬਾਈ ਮੇਰਾ ਕਿਸੇ ਨਾਲ ਕੋਈ ਪੰਗਾ ਨਹੀਂ, ਜਾਣ ਸਾਰੇ ਭਰਾ ਨੇ ਜੀ ਮੇਰੇ, ਅਤੇ ਸਾਰੇ ਓਕੇ ਆ, ਮਾਹੌਲ ਚਾਲ ਸਾਰਾ, ਹੈ ਨਾ, ਅਤੇ ਬਾਕੀ ਮੈਂ ਕਹਿੰਦਾ ਵੀ ਹਜੇ ਸਿਰ 'ਚੋਂ ਪੁਣੀ ਵੀ ਨਹੀਂ ਕੱਤੀ ਵੀਰੇ, ਅਤੇ ਬਹੁਤ ਕੁਛ ਹਜੇ ਹੋਰ ਆਉਣਾ, ਬਹੁਤ ਚੀਜ਼ਾਂ ਹੋਰ ਆਉਣੀਆਂ ਨੇ, ਦੇਖੋ ਟਾਈਮ ਟਾਈਮ ਲਓ ਟਾਈਮ। ਮੈਂ ਕਹਿੰਦਾ ਹੁੰਦਾ ਵੀ ਆਪਾਂ ਨੂੰ ਬੋਲਣ ਦੀ ਲੋੜ ਨਹੀਂ, ਮੈਂ ਬਹੁਤ ਘੱਟ ਯਾਨੀ ਕਿ ਹੁਣ ਸਟੋਰੀ ਸਟੱਡੀਜ਼ ਦਾ ਵੀ ਯਾਨੀ ਕਿ ਮੈਨੂੰ ਵਧੀਆ ਨਹੀਂ ਲੱਗਦਾ ਵੀ ਪਾਉਣਾ, ਹੈ ਨਾ, ਜਾਂ ਵੀ ਮੈਂ ਆਪਦਾ ਮੂੰਹ ਜਿਹਾ ਦਿਖਾ ਕੇ ਵੀ ਉਹ ਠੀਕ ਆ, ਹਰੇਕ ਦੇ ਬੰਦੇ ਫੇਸ ਹੁੰਦਾ ਨਾ। ਸੋ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਵੀ ਟਾਈਮ ਦਿਓ ਹਰੇਕ ਚੀਜ਼ ਲਈ, ਟਾਈਮ ਦਿਓ, ਸੁਣੋ ਗਾਣੇ, ਨਹੀਂ ਵਧੀਆ ਲੱਗੂ ਲੰਘਾ ਦਿਓ, ਚੱਕ ਕੇ ਬਾਹਰ ਮਾਰਿਓ, ਠੀਕ ਹੈ, ਬਲੌਕ ਕਰ ਦਿਓ, ਵਧੀਆ ਲੱਗੇ ਸੁਣ ਲਿਓ, ਦੈਟਸ ਇਟ। ਗੱਲ ਇੱਥੇ ਖਤਮ ਹੁੰਦੀ ਹੈ, ਵੀ ਵਾਧੂ ਰੌਲਾ ਪੈ ਜਾਣਾ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੈਗਾ। ਹੋਰ ਕੋਈ ਕੁਸ਼ਚਨ ਡਾਰਲਿੰਗ ਕਿਸੇ ਦਾ? ਮੇਰੀ ਐਲਬਮ ਆਉਣੀ ਆ, ਨੀਡ ਸਪੋਰਟ ਨਹੀਂ ਗਾਇਸ, ਕਰ ਦਿਓ ਬਾਈ ਸਪੋਰਟ ਇਹਨੂੰ ਵੀ, ਹਾਂ, ਐਡ ਕਰੋ। ਅਫਸਾਨਾ ਨੇ ਕੀ ਖਾ ਰੱਖਿਆ ਅੱਜ, ਆਕੜ 'ਚ ਰਹੋ ਲੋਕ ਆਕਾਰ 'ਚ ਰਹਿਣਗੇ, ਠੀਕ ਹੈ ਜੀ, ਠੀਕ ਹੈ ਬਾਈ ਜੀ, ਬੱਲੇ ਬੱਲੇ, ਬਾਕੀ ਠੀਕ ਹੈ, ਠੀਕ ਹੈ, ਠੀਕ ਹੈ, ਬਾਕੀ ਸਾਰੇ ਓਕੇ ਹੋ ਬਾਈ, ਉਮੀਦ ਕਰਦਾ। ਬਾਕੀ ਯਾਰ ਕਰੋਨਾ ਟਾਈਮ ਚੱਲੀ ਜਾਂਦਾ, ਸਾਰੇ ਜਣੇ ਆਪਣੇ ਵੈਕਸੀਨੇਸ਼ਨ ਵਗੈਰਾ ਜੋ ਵੀ ਹੈਗਾ ਨਾ ਤਰੀਕੇ ਨਾਲ ਸਾਰਾ ਕੁਛ, ਸਭ ਤੋਂ ਵੱਡਾ ਆਪਣੇ ਮਾਂ ਪਿਓ ਨੂੰ ਟਾਈਮ ਦਿਓ। ਹਾਂਜੀ, ਟੈਸਕੋਟ ਲਵ ਫਰੋਮ ਪਾਕਿਸਤਾਨ, ਥੈਂਕ ਯੂ ਬ੍ਰਦਰ, ਥੈਂਕ ਯੂ ਜੀ ਸਾਰੇ ਜਣੇ, ਅਤੇ ਬਾਕੀ ਡਾਰਲਿੰਗ। ਹਾਂ ਸੱਚ, ਜਿਵੇਂ ਆਪਣੇ ਇੱਕ ਗਾਣੇ ਦੀਆਂ ਦੋ, ਇੱਕ ਗਾਣੇ ਦੀ ਪਹਿਲਾਂ ਆਡੀਓ ਆਉਣੀ ਹੁੰਦੀ ਸੀ, ਉਹ ਤੋਂ ਬਾਅਦ ਆਫਟਰਡੇਟ ਉਹਦੀ ਵੀਡੀਓ ਆਉਣੀ ਹੁੰਦੀ ਸੀ, ਹੁਣ ਅਸੀਂ ਥੋੜ੍ਹਾ ਜਿਹਾ ਪਲਾਨ ਚੇਂਜ ਕੀਤਾ ਵੀ ਜਿਹੜੇ ਜਿਹੜੇ ਗਾਣੇ ਦੀਆਂ ਵੀਡੀਓਜ਼ ਆਉਣਗੀਆਂ ਉਹ ਆਡੀਓ ਵਾਲੇ ਦਿਨ ਹੀ ਅਸੀਂ ਪਾਵਾਂਗੇ। ਮਤਲਬ ਵੀ ਜਿਵੇਂ ਹੁਣ ਕੱਲ੍ਹ ਨੂੰ ਅਸ ਗਾਣਾ ਆਉਣਾ, ਅਸ ਦੀ ਪਹਿਲਾਂ ਆਡੀਓ ਆਉਣੀ ਸੀ, ਫਿਰ ਇੱਕ ਦਿਨ ਦਾ ਗੈਪ ਪਾ ਕੇ ਉਹਦੀ ਵੀਡੀਓ ਆਉਣੀ ਸੀ। ਹੁਣ ਪਤਾ ਅਸੀਂ ਕੀ ਕੀਤਾ ਵੀ ਜਿੱਦਣ ਆਡੀਓ ਆਉਣੀ ਆ ਸੇਮ ਡੇ ਵੀਡੀਓ ਆਊਗੀ, ਜਿਹੜਾ ਉਹ ਵੀਡੀਓ ਵਾਲਾ ਗੈਪ ਸੀ, ਤਾਂ ਉਹ ਵੀਡੀਓ ਨੂੰ ਤੁਸੀਂ ਤਰੀਕੇ ਨਾਲ ਇੰਜੋਏ ਕਰ ਸਕਦੇ ਹੋ ਵੀ ਪਹਿਲੇ ਜਿਹੜੇ ਗਾਣੇ ਦੀ ਵੀਡੀਓ ਆਈ ਹੋਈ ਆ ਉਹਦੀ ਸਿੱਧਾ ਵੀਡੀਓ ਨਾਲ ਹੀ ਛੱਡਿਆ ਕਰਾਂਗੇ। ਸੋ ਉਹਦਾ ਯਾਨੀ ਕਿ ਆਪਾਂ ਆਡੀਓ ਨਹੀਂ ਪਾਵਾਂਗੇ, ਅਤੇ ਕੱਲ੍ਹ ਨੂੰ ਮਤਲਬ ਵੀ ਗਾਣੇ ਦੀ ਵੀਡੀਓ ਆਊਗੀ। ਲਵ ਯੂ ਵੀਰੇ, ਲਵ ਯੂ ਟੂ, ਅਤੇ ਵੀ ਜਿਹੜੇ ਵੀਡੀਓ ਵਾਲੇ ਗਾਣੇ ਨੇ ਉਹ ਵੀਡੀਓ ਦੇ ਨਾਲ ਹੀ ਆਉਣਗੇ, ਅਤੇ ਬਾਕੀ ਜਾਂ ਸਾਰਿਆਂ ਨੂੰ ਵੀ ਚੀਜ਼ਾਂ ਕਾਫੀ ਨੇ ਡਾਰਲਿੰਗ, ਹੈ ਨਾ, ਮੈਂ ਉਹ ਚੀਜ਼ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ, ਹੈ ਨਾ, ਕਿਉਂਕਿ ਸਾਰਾ ਕੁਛ ਉਹ ਨੈਗੇਟਿਵਿਟੀ ਹੈ ਜਾਂ ਕੁਛ ਹੋਰ ਆ ਵੀ ਇਹ ਕਹਿੰਦੇ ਨੇ ਵੀ ਬਾਈ ਤੂੰ ਪ੍ਰਮੋਟ ਕਿਉਂ ਕਰਨ ਲੱਗ ਗਿਆ ਆਪਦੇ ਗਾਣੇ, ਹੈ ਨਾ, ਜਾਣੋ ਸਾਡੀ ਕਮੀ ਸੀਗੀ, ਅਸੀਂ ਅੱਜ ਤੱਕ ਪਹਿਲਾਂ ਕਦੇ ਪ੍ਰਮੋਟ ਕੀਤੇ ਨਹੀਂ ਗਾਣੇ, ਹੈ ਨਾ, ਨਾ ਹੀ ਮੇਰਾ ਠੀਕ ਹੈ, ਪਰ ਹੁਣ ਜਦੋਂ ਆਪਾਂ ਨੂੰ ਸਾਰੀ ਦੁਨੀਆ ਸੁਣਦੀ ਹੈ ਜਾਣ, ਪਹਿਲਾਂ ਚਲੋ ਮੈਂ ਸਿਰਫ ਪੰਜਾਬ ਤੱਕ ਜਾਂ ਇੰਡੀਆ ਤੱਕ ਸੀਮਤ ਸੀ, ਹੁਣ ਆਪਣਾ ਸਾਰੇ ਕਿਤੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਮਾਹੌਲ ਆ, ਹੈ ਨਾ, ਸਾਰੇ ਕਿਤੇ, ਹੈ ਨਾ, ਬਾਹਰ ਲੋਕ ਸੁਣਦੇ ਨੇ ਤਾਂ ਉਹ ਆਪਣੇ ਤੋਂ ਐਕਸਪੈਕਟ ਕਰਦੇ ਨੇ ਵੀ ਜੋ ਆਪਾਂ ਜਿਹੜੇ ਆਰਟਿਸਟਾਂ ਦੀ ਲੇਨ ਦੇ ਵਿੱਚ ਆਪਾਂ ਖੜਨ ਜਾ ਰਹੇ ਹਾਂ ਤਾਂ ਆਪਾਂ ਨੂੰ ਉਸ ਲੈਵਲ 'ਤੇ ਅੱਗੇ ਉੱਤੇ ਜਾ ਕੇ ਪ੍ਰਮੋਟ ਵੀ ਕਰਨਾ ਪਊ, ਹੈ ਨਾ, ਕਿਉਂਕਿ ਜਦੋਂ ਤੁਸੀਂ ਇੰਡੀਆ ਲੈਵਲ 'ਤੇ ਜਾਂ ਪੰਜਾਬ ਲੈਵਲ 'ਤੇ ਖੇਡਦੇ ਹੋ ਜਾਂ ਦੈਟਸ ਓਕੇ, ਹੈ ਨਾ, ਜਿਵੇਂ ਮਰਜ਼ੀ ਕਰੀ ਚੱਲੋ, ਕੋਈ ਦਿੱਕਤ ਨਹੀਂ, ਮੈਨੂੰ ਪਤਾ ਤੁਸੀਂ ਮੇਰੇ ਭਰਾ ਹੋ, ਤੁਸੀਂ ਮੈਨੂੰ ਸੁਣੀ ਲੈਣਾ, ਹੈ ਨਾ, ਪਰ ਜਦੋਂ ਆਪਾਂ ਸਾਰੇ ਯਾਨੀ ਕਿ ਸਾਰੀਆਂ ਚੀਜ਼ਾਂ ਤੱਕ ਆਪਾਂ ਹਰੇਕ ਸ਼੍ਰੇਣੀ ਤੱਕ ਆਪਣੀ ਚੀਜ਼ ਪਹੁੰਚਾਉਣੀ ਹੈ ਤਾਂ ਉਹਦੇ ਲਈ ਸਾਨੂੰ ਵੀ ਐਫਰਟ ਕਰਨੇ ਪੈਂਦੇ ਯਾਰ, ਹੈ ਨਾ, ਮੈਂ ਵੀ ਕਰਦਾ, ਹੁਣ ਮੈਂ ਪਹਿਲਾਂ ਕਦੇ ਯੂਟਿਊਬ ਦੇ ਪਿੱਛੇ ਆਪਣੀ ਵੀਡੀਓ ਨਹੀਂ ਸੀ ਲਾਈ, ਹੈ ਨਾ, ਹੈ ਨਾ, ਐਤਕੀ ਮੈਂ ਲਾ ਰਿਹਾ ਕਿਉਂਕਿ ਮੈਂ ਚਾਹੁੰਦਾ ਵੀ ਹਰੇਕ ਚੀਜ਼ ਹਰੇਕ ਤਰੀਕੇ ਨਾਲ ਹਰੇਕ ਬੰਦੇ ਤੱਕ ਪਹੁੰਚੇ ਉਹ ਚੀਜ਼, ਹੈ ਨਾ, ਅਤੇ ਤਰੀਕੇ ਨਾਲ ਜਾਵੇ, ਹਰੇਕ ਨੂੰ ਮੈਸੇਜ ਪਹੁੰਚੇ, ਹੈ ਨਾ, ਵੀ ਬਾਈ ਆ ਗਿਆ ਗਾਣਾ ਜਾਂ ਕੁਛ, ਹੈ ਨਾ। ਸੋ ਪਹਿਲਾਂ ਹਰੇਕ 'ਚ ਜਨ ਸੁਪੀਰੀਅਰ ਕੋਈ ਨਹੀਂ ਹੁੰਦਾ, ਹਰੇਕ ਤਰੀਕੇ ਨਾਲ, ਹੁਣ ਆਪਣਾ ਮਿਊਜ਼ਿਕ ਆ ਜਾਣ, ਪਹਿਲਾਂ ਚਲੋ ਆਪਾਂ ਇੰਡੀਆ ਲੈਵਲ 'ਤੇ ਖੇਡ ਰਹੇ ਸੀ, ਹੁਣ ਆਪਣਾ
ਆਪਾਂ ਇੱਕ ਹੋਰ ਆਰਟਿਸਟਾਂ ਦੀ ਸ਼੍ਰੇਣੀ ਦੇ ਵਿੱਚ ਐਂਟਰ ਕੀਤਾ ਹੈ ਨਾ, ਜਿੱਥੇ ਆਪਾਂ ਨੂੰ ਆਪਣਾ ਸਿਸਟਮ ਉਸ ਤਰੀਕੇ ਨਾਲ ਆਪਾਂ ਨੂੰ ਪ੍ਰਮੋਟ ਕਰਨਾ ਪੈਣਾ। ਅਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਡਾਰਲਿੰਗ, ਵੀ ਜਿਵੇਂ ਹੁਣ ਡਾਊਨਲੋਡ ਕਰ ਲੈਂਦੇ ਹੋ ਗਾਣਾ, ਹੈ ਨਾ, ਵੀ ਇਹ ਆਪਾਂ ਬੰਦ ਕਰੀਏ। ਜੇ ਆਪਾਂ ਚਾਹੁੰਦੇ ਹਾਂ ਵੀ ਆਪਣੇ 'ਚੋਂ ਹੀ ਬੰਦੇ ਅੱਗੇ ਨਿਕਲਣ, ਵਰਲਡ ਵਾਈਡ ਨਾਮ ਕਮਾਉਣ, ਤਾਂ ਤੁਸੀਂ ਸਾਰਿਆਂ ਆਰਟਿਸਟ ਬੰਦਾ ਕੋਈ ਵੀ ਹੁੰਦਾ ਹੈ ਨਾ, ਆਪਣੇ ਯਾਨੀ ਕਿ ਵੀਰ ਭਰਾਵਾਂ ਬਿਨਾਂ ਕੁਛ ਨਹੀਂ ਹੁੰਦਾ। ਜੇ ਤੁਸੀਂ ਤੁਹਾਡੀ ਸਪੋਰਟ ਨਾਲ ਹੀ, ਜੇ ਤੁਸੀਂ ਸੁਣਦੇ ਹੋ, ਪ੍ਰਮੋਟ ਕਰਦੇ ਹੋ, ਤਾਂ ਹੀ ਚੀਜ਼ਾਂ ਵੱਡੀਆਂ ਹੋਣਗੀਆਂ, ਹੈ ਨਾ। ਮੈਂ ਕੋਈ ਇਕੱਲਾ ਸਿੱਧੂ ਮੂਸੇ ਵਾਲਾ ਕੁਛ ਨਹੀਂ, ਵੀ ਮੈਂ ਗਾਣੇ ਲਿਖ ਸਕਦਾ, ਮੈਂ ਗਾ ਸਕਦਾ, ਹੈ ਨਾ, ਤੁਹਾਡੇ ਸਾਹਮਣੇ ਪ੍ਰੈਜੈਂਟ ਕਰ ਸਕਦਾ ਵਧੀਆ ਤਰੀਕੇ ਨਾਲ, ਪਰ ਉਹਨੂੰ ਪ੍ਰਮੋਟ ਕਰਨਾ, ਉਹਨੂੰ ਉਸ ਸ਼੍ਰੇਣੀ 'ਚ ਲੈ ਕੇ ਜਾਣਾ, ਤੁਸੀਂ ਲਿਜਾ ਸਕਦੇ ਹੋ, ਅਤੇ ਕੋਈ ਵੱਡੀ ਗੱਲ ਨਹੀਂ ਹੈਗੀ। ਕਿਉਂਕਿ ਜਿੰਨੇ ਲੈਵਲ 'ਤੇ ਤੁਸੀਂ ਪਿਆਰ ਕਰਨ ਵਾਲੇ ਹੋ ਡਾਰਲਿੰਗ, ਕਿਸੇ ਆਰਟਿਸਟ ਦਾ ਕੁਛ ਨਹੀਂ ਹੁੰਦਾ ਇੰਨਾ, ਹੈ ਨਾ। ਅਤੇ ਵੀ ਕਦੇ ਬਹੁਤ ਰੇਅਰ ਹੁੰਦਾ, ਹੈ ਨਾ, ਵੀ ਮੈਂ ਕਹਿੰਦਾ ਮੈਂ ਲੱਕੀ ਹਾਂ ਤੁਹਾਡੇ, ਮੇਰੇ ਭਾਗਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਇੰਨੇ ਲਪੈਰ ਆਇਆ। ਸੋ ਤੁਹਾਡੇ 'ਤੇ ਡਿਪੈਂਡ ਆ ਜਾਣਾ ਇਸ ਚੀਜ਼ ਨੂੰ ਕਿਵੇਂ ਪ੍ਰਮੋਟ ਕਰਨਾ, ਹੈ ਨਾ। ਹੁਣ ਮੇਰਾ ਸੀਗਾ, ਮੈਂ ਐਫਰਟ ਕੀਤਾ, ਹੈ ਨਾ, ਅਤੇ ਤੁਹਾਡਾ ਹੁਣ ਐਫਰਟ ਇਹ ਹੈ ਵੀ ਤੁਸੀਂ ਇਹਨੂੰ ਸਪੋਰਟ ਕਿਵੇਂ ਕਰਨਾ, ਜਾਂ ਕਿਵੇਂ ਕਿਸ ਤਰੀਕੇ ਨਾਲ ਲੈ ਕੇ ਜਾਣੀ ਹੈ ਚੀਜ਼, ਹੈ ਨਾ। ਸੋ ਵੀ ਇਹੀ ਚੀਜ਼ ਦਾ ਨੇੜ ਆ ਲਏ ਵੀ ਫੋਰ ਦਿਸ ਮੂਵਮੈਂਟ ਐਲਬਮ ਰਿਲੀਜ਼ ਹੋ ਰਹੀ ਹੈ, ਹਜੇ 3 ਗਾਣੇ ਆਏ ਆ ਜਾਂ ਹਜੇ 27 ਹੋਰ ਆਉਣੇ ਨੇ ਐਲਬਮ ਦਾ ਮਤਲਬ। ਹੁਣ ਕਈ ਚੀਜ਼ਾਂ ਕਹਿੰਦੇ ਸੀ, ਕਹਿੰਦਾ ਬਾਈ ਇੱਕ ਗਾਣਾ ਜਿਵੇਂ ਵਿੱਚ ਆਈ ਐਮ ਬੈਕ, ਉਹ ਬਹੁਤ ਤੇਜ਼ ਆਇਆ, ਹੈ ਨਾ, ਵੀ ਬਰਬਰੀ ਦਾ ਮਿਊਜ਼ਿਕ ਠੰਡਾ। ਡਾਰਲਿੰਗ ਐਲਬਮ ਦਾ ਮਤਲਬ ਕੀ ਹੁੰਦਾ? ਐਲਬਮ ਦਾ ਮਤਲਬ ਹੁੰਦਾ ਵੀ ਵਰਸਟਾਈਲ, ਹੈ ਨਾ, ਕਿੰਨਾ ਵੀ ਹਰੇਕ ਤਰ੍ਹਾਂ ਦਾ ਗਾਣਾ ਹੁੰਦਾ ਐਲਬਮ ਦੇ ਵਿੱਚ। ਐਲਬਮ ਦੇ ਵਿੱਚ ਸੈਡ ਸੌਂਗਸ ਵੀ ਹੁੰਦੇ ਨੇ, ਐਲਬਮ ਦੇ ਵਿੱਚ ਆਰ ਐਨ ਬੀ ਟਾਈਪ ਵੀ ਹੁੰਦਾ ਕੁਛ ਨਾ ਕੁਛ, ਐਲਬਮ ਦੇ ਵਿੱਚ ਥੋੜ੍ਹੇ ਖੜਕੇ ਦੜਕੇ ਵਾਲੇ ਵੀ ਹੁੰਦੇ ਨੇ, ਉਹ 'ਚ ਸਪਿਰਿਚੁਅਲ ਗਾਣੇ ਵੀ ਹੁੰਦੇ ਨੇ। ਸੋ ਸਾਰੇ ਤਰ੍ਹਾਂ ਦੇ ਗਾਣੇ ਨੇ ਡਾਰਲਿੰਗ, ਹੈ ਨਾ। ਐਲਬਮ ਦਾ ਰਿਜ਼ਲਟ ਤੁਸੀਂ ਉਦੋਂ ਹੀ ਦੱਸ ਸਕਦੇ ਹੋ ਜਦੋਂ ਤੁਸੀਂ ਸਾਰੀ ਐਲਬਮ ਨੂੰ ਸੁਣ ਲਓਗੇ। ਸੋ ਇਹਦੇ 'ਚ ਹਰੇਕ ਤਰ੍ਹਾਂ ਦਾ ਗਾਣਾ, ਕੱਲ ਨੂੰ ਰੋਮੈਂਟਿਕ ਆ ਰਿਹਾ, ਉਸ ਤੋਂ ਬਾਅਦ ਇੱਕ ਖੜਕੇ ਦੜਕੇ ਵਾਲਾ ਆਊਗਾ, ਉਸ ਤੋਂ ਬਾਅਦ ਕੋਈ ਨਾ ਕੋਈ ਸੈਡ ਵੀ ਆ ਸਕਦਾ, ਉਸ ਤੋਂ ਬਾਅਦ ਕੁਛ ਨਾ ਕੁਛ ਹੋਰ ਵੀ ਹੋ ਸਕਦਾ। ਯਾਨੀ ਕਿ ਇੱਕ ਤਰ੍ਹਾਂ ਦੀ ਇਹ ਇੱਕ ਉਹ ਹੁੰਦਾ ਵੀ ਅਲੱਗ ਅਲੱਗ ਤਰ੍ਹਾਂ ਦੇ ਫਰੂਟਸ ਨੇ ਇਹ ਟੋਕਰੀ 'ਚ, ਹੈ ਨਾ, ਵੀ ਕੋਈ ਕੋਈ ਖੱਟਾ ਹੋ ਸਕਦਾ, ਕੋਈ ਕੌੜਾ ਹੋ ਸਕਦਾ, ਕੋਈ ਨਮਕੀਨ ਹੋ ਸਕਦਾ। ਸੋ ਤਰੀਕੇ ਨਾਲ ਆਪਾਂ ਇੱਕ ਚੀਜ਼ ਨੂੰ ਦੋ ਚੀਜ਼ਾਂ ਸੁਣ ਕੇ ਸਾਰੀ ਚੀਜ਼ 'ਤੇ ਆਪਾਂ ਰਿਜ਼ਲਟ ਨਹੀਂ ਦੇ ਸਕਦੇ। ਦੇਈ ਵੀ ਜਾਓ ਰਿਜ਼ਲਟ ਆਪਾਂ ਨੂੰ ਕੋਈ ਚਾਹੀਦਾ, ਉਹ ਦਿੱਕਤ ਨਹੀਂ, ਜਿਨ੍ਹਾਂ ਨੇ ਦੇਣਾ ਰਿਜ਼ਲਟ ਉਹਨਾਂ ਨੇ ਤਾਂ ਸਾਰੀ ਸੁਣ ਕੇ ਵੀ ਇਹੀ ਦੇਣਾ। ਪਰ ਮੈਂ ਕਹਿੰਦਾ ਵੀ ਵੇਟ ਐਂਡ ਵਾਚ, ਜੋ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਸੁਣੋ ਪਹਿਲਾਂ ਧਿਆਨ ਨਾਲ ਕੀ ਉਹਦੇ 'ਚ ਚੱਲ ਰਿਹਾ, ਹੈ ਨਾ, ਸਾਰੀ ਸੁਣ ਕੇ ਫਿਰ ਤੁਸੀਂ ਰਿਜ਼ਲਟ ਕਰ ਸਕਦੇ ਹੋ ਵੀ ਹਾਂ ਬਈ ਠੀਕ ਹੈ, ਮਾੜੀ ਹੈ, ਚੰਗੀ ਹੈ, ਉਹ ਕਰ ਸਕਦੇ ਹੋ ਨਾ। ਸੋ ਵੀ ਇਹ ਹੈ ਵੀ ਅਤੇ ਕਰ ਦੂੰਗੇ ਠੰਡ ਬਹੁਤ ਬਹੁਤ ਤੁਹਾਡੇ ਤੋਂ ਵੀ ਡਾਰਲਿੰਗ, ਸਾਰੀ ਐਲਬਮ ਸੁਣੋ ਸਾਰਾ ਕੁਛ। ਬਾਕੀ ਹੁਣ ਸਿੱਧੇ ਜਿੰਨੇ ਵੀ ਵੀਡੀਓ ਗਾਣੇ ਹੋਣਗੇ, ਜਿੰਨੇ ਵੀ ਤੁਸੀਂ ਸਕੈਜੂਲ ਦੇਖ ਲਿਓ ਵੀਡੀਓ ਦੇ ਵਿੱਚ, ਜਿੰਨੇ ਵੀ ਗਾਣੇ ਵੀਡੀਓ ਵਾਲੇ ਹੋਣਗੇ, ਅਤੇ ਵੀਡੀਓ ਉਹਨਾਂ ਦਾ ਪਹਿਲਾਂ ਵੀਡੀਓ ਸਮੇਤ ਹੀ ਆਉਣਗੇ ਉਹ ਗਾਣੇ, ਉਹਨਾਂ ਦਾ ਯਾਨੀ ਕਿ ਅਸੀਂ ਆਡੀਓ ਡਰੋਪ ਨਹੀਂ ਕਰਾਂਗੇ, ਅਸੀਂ ਆਹੀ ਛੋਟੀ ਜਿਹੀ ਚੇਂਜ ਕੀਤੀ ਹੈ। ਅਤੇ ਕਈ ਬੰਦੇ ਮੈਨੂੰ ਕਹਿੰਦੇ ਸੀ ਬਾਈ ਤੁਸੀਂ ਇੱਕੇ ਦਿਨ ਐਲਬਮ ਕਿਉਂ ਨਹੀਂ ਕੀਤੀ? ਇੱਕੇ ਦਿਨ ਐਲਬਮ ਜਾਣ, ਜੇ ਤਾਂ ਹੁੰਦੇ 8-9 ਗਾਣੇ ਤਾਂ ਮੈਂ ਕਰ ਦਿੰਦਾ, ਕੋਈ ਪ੍ਰੋਬਲਮ ਨਹੀਂ, ਮੈਂ ਪਹਿਲਾਂ ਵੀ 8-9 ਗਾਣੇ ਪਹਿਲਾਂ ਹੀ ਕੀਤੇ ਸੀਗੇ, ਹੈ ਨਾ। ਸੋ ਕੋਈ ਪ੍ਰੋਬਲਮ ਨਹੀਂ ਸੀ, ਗਾਣਾ ਇਹ ਗੱਲ ਇਹ ਸੀ ਡਾਰਲਿੰਗ ਵੀ ਇਹਦੇ 'ਚ 30 ਗਾਣੇ ਨੇ, ਹੈ ਨਾ, 30 ਚੀਜ਼ਾਂ ਨੇ, ਅਤੇ 30 ਚੀਜ਼ਾਂ ਦਾ ਹਰੇਕ ਗਾਣੇ ਦਾ ਹਰੇਕ ਸਕਿੱਟ ਦਾ ਕੋਈ ਨਾ ਕੋਈ ਮਤਲਬ ਆ, ਉਹਦਾ ਅਰਥ ਹੈ। ਅਤੇ ਮੈਂ ਨਹੀਂ ਸੀ ਚਾਹੁੰਦਾ ਵੀ ਉਹ ਚੀਜ਼ ਸਾਰੀ ਪਕੜ, ਮੈਂ ਇੱਕੇ ਦਿਨ 'ਚ ਹੀ ਸੁੱਟ ਦਿੰਦਾ ਅਤੇ ਉਹ ਕਿਸੇ ਤੋਂ ਸੁਣੀ ਵੀ ਨਾ ਜਾਂਦੀ ਵੀ ਹੌਲੀ ਹੌਲੀ, ਵੀ ਉਹ ਸਵਾਦ ਨਹੀਂ ਆਉਂਦਾ ਉਸ ਕੰਮ ਦੇ ਵਿੱਚ। ਮੈਂ ਚਾਹੁੰਦਾ ਵੀ ਤਰੀਕੇ ਨਾਲ ਹਰੇਕ ਚੀਜ਼ ਦਾ ਹਰੇਕ ਗਾਣੇ ਦਾ ਮੈਸੇਜ ਪ੍ਰੋਪਰਲੀ ਤਰੀਕੇ ਨਾਲ ਕਨਵੇ ਕਰੀਏ। ਵੀਰੇ ਨੈਗੇਟਿਵਿਟੀ ਨੂੰ ਫਾਈਟ ਕਿਵੇਂ ਕਰੀਏ? ਨੈਗੇਟਿਵਿਟੀ ਨੂੰ ਫਾਈਟ ਕਰਨ ਦਾ ਜਾਨ ਇਹੀ ਤਰੀਕਾ ਹੈਗਾ ਵੀ ਆਪਾਂ ਕਹਿੰਦੇ ਹੁੰਦੇ ਨੇ ਵੀ ਨੈਗੇਟਿਵਿਟੀ ਨੂੰ ਸਿਰਫ ਇਹੀ ਕਹਿ ਸਕਦੇ ਵੀ ਇਹਨੂੰ ਤਾਂ ਧਿਆਨ ਨਾ ਦਿਓ ਡਾਰਲਿੰਗ, ਇਹ ਧਿਆਨ 'ਚ ਸਾਲੀ ਆਉਂਦੀ ਹੈ। ਜੇ ਤੁਸੀਂ 100 ਕਮੈਂਟ ਚੰਗਾ ਪੜ੍ਹ ਦਿਓ, ਜੇ ਇੱਕ ਵੀ ਮਾੜਾ ਆਉਂਦਾ ਤੁਹਾਡੇ ਦਿਮਾਗ 'ਚ ਆਉਂਦਾ, ਤੁਸੀਂ ਇਸ ਚੀਜ਼ ਨੂੰ ਇੱਕ ਵੀ ਨਾ ਪੜ੍ਹੋ ਤੁਸੀਂ, ਹੈ ਨਾ। ਸੋ ਇਹ ਨੈਗੇਟਿਵਿਟੀ ਜਾਣ, ਨੈਗੇਟਿਵਿਟੀ ਹਮੇਸ਼ਾ ਹਰੇਕ ਦੀ ਜ਼ਿੰਦਗੀ 'ਚ ਹੁੰਦੀ ਹੈ, ਇਹਨੂੰ ਟੋਲਰੇਟ ਕਿਵੇਂ ਕਰਨਾ, ਹੈ ਨਾ, ਉਹਨੂੰ ਤਰੀਕੇ ਨਾਲ ਲੜਨਾ ਕਿਵੇਂ। ਅਸੀਂ ਨੇ ਲੜਨ ਦਾ ਤਰੀਕਾ ਤਾਂ ਇਹੀ ਹੈ ਵੀ 100 ਕੁੱਤਾ ਭੌਂਕਦਾ, ਭੌਂਕੀ ਜਾਣ ਦਿਓ, ਹੈ ਨਾ, ਤੁਹਾਡੀ ਜ਼ਿੰਦਗੀ ਦੇ ਉੱਤੇ ਕੋਈ ਅਸਰ ਨਹੀਂ ਉਸ ਚੀਜ਼ ਦਾ। ਮੈਂ ਤਾਂ ਇਹੀ ਲੈ ਕੇ ਚੱਲਦਾ, ਹੈ ਨਾ। ਅਤੇ
ਇੱਕ ਚੀਜ਼ ਹੋਰ ਸੀਗੀ ਡਾਰਲਿੰਗ, ਹੈ ਨਾ, ਹੁਣ ਕਿੱਡ ਮੇਰਾ ਮਿਊਜ਼ਿਕ ਪ੍ਰੋਡਿਊਸਰ ਹੈ ਜਾਣਾ, ਚਲੋ ਆਪਣੇ ਛੋਟਾ ਭਰਾ ਵੀ ਹੈ ਨਾ, ਬਹੁਤ ਕੁਛ ਕਰਦਾ, ਬਹੁਤ ਵਧੀਆ ਮਿਊਜ਼ਿਕ ਕਰਦਾ, ਮੈਨੂੰ ਉਹ ਪਰਸਨਲੀ ਤੌਰ 'ਤੇ ਬਹੁਤ ਪਸੰਦ ਆ। ਮੈਨੂੰ ਕਈ ਬੰਦੇ ਕਮੈਂਟ ਕਰਨਗੇ ਬਾਈ ਤੂੰ ਫਲਾਨੇ ਬੰਦੇ ਨਾਲ ਗਾਣਾ ਕਿਉਂ ਨਹੀਂ ਕਰਦਾ, ਫਲਾਨੇ ਬੰਦੇ ਦੀ ਬੀਟ ਤੇਰੇ ਨਾਲ ਸੂਟ ਕਰਦੀ, ਤੂੰ ਇਹਨਾਂ ਨਾਲ ਨਹੀਂ ਕਰਦਾ। ਡਾਰਲਿੰਗ ਮੇਰੇ ਲਈ ਰਿਸ਼ਤੇ ਜ਼ਿਆਦਾ ਜ਼ਰੂਰੀ ਨੇ, ਜਿਹੜਾ ਬੰਦਾ ਮੇਰੇ ਨਾਲ ਲੋਇਲ ਹੈ, ਜਿਹੜਾ ਬੰਦਾ ਮੈਨੂੰ ਪਿਆਰ ਕਰਦਾ ਹੈ ਨਾ, ਮੇਰੀ ਰਿਸਪੈਕਟ ਕਰਦਾ, ਠੀਕ ਹੈ। ਮਿਊਜ਼ਿਕ ਤਾਂ ਆਪਾਂ ਕਦੇ ਵੀ ਕਿਸੇ ਤੋਂ ਕਰਾ ਸਕਦੇ ਹਾਂ, ਪਰ ਮੈਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਦੇ ਭਰਾ ਅਤੇ ਦੋਸਤ ਹੀ ਜੋੜੇ ਆ, ਹੈ ਨਾ, ਜਿਨ੍ਹਾਂ ਨਾਲ ਮੈਂ ਕੰਮ ਕਰਦਾ ਉਹ ਮੇਰੀ ਫੈਮਿਲੀ ਵਾਂਗੂ ਮੇਰੇ ਨਾਲ ਵਰਤਦੇ ਆ, ਹੈ ਨਾ, ਅਤੇ ਉਹਨਾਂ ਦੀ ਮੈਂ ਇੱਜ਼ਤ ਵੀ ਚਾਹੁੰਦਾ, ਉਹਨਾਂ ਦਾ ਮੈਂ ਰਿਗਾਰਡ ਵੀ ਚਾਹੁੰਦਾ, ਠੀਕ ਹੈ। ਕਿੱਡ ਮੇਰੇ ਲਈ ਇੱਕ ਮਿਊਜ਼ਿਕ ਪ੍ਰੋਡਿਊਸਰ ਤੋਂ ਵੱਧ ਕੇ ਮੇਰਾ ਛੋਟਾ ਭਰਾ ਹੈ, ਜੇ ਉਹਨੂੰ ਮੈਂ ਇੱਕ ਟਾਈਮ ਕਹਿ ਦਿਆਂ ਵੀ ਧੁੱਪੇ ਖੜਾ ਤਾਂ ਉਹ ਧੁੱਪੇ ਵੀ ਖੜਾ ਰਹੂ, ਕੁਛ ਵੀ ਕਹਾਂ ਡਾਰਲਿੰਗ ਉਹ ਮੇਰੇ ਲਈ ਕਰਦਾ, ਹੈ ਨਾ, ਅਤੇ ਮੈਨੂੰ ਤਾਂ ਸਿਰਫ ਜਾਣ ਮੇਰੇ ਦੋਸਤ ਮਿੱਤਰ ਚਾਹੀਦੇ ਮੇਰੇ ਲਈ, ਜੇ ਬੰਦੇ ਦਾ ਮਿਊਜ਼ਿਕ ਵਧੀਆ ਡਾਰਲਿੰਗ ਉਹ ਇਨਸਾਨ ਨਹੀਂ ਚੰਗਾ ਡਾਰਲਿੰਗ, ਮੈਂ ਉਹਨਾਂ ਨਾਲ ਕਦੇ ਕੰਮ ਨਹੀਂ ਕਰੂੰਗਾ। ਅਤੇ ਦੂਜੀ ਗੱਲ ਡਾਰਲਿੰਗ, ਮੇਰੇ ਜ਼ਿੰਦਗੀ ਦੇ ਵਿੱਚੋਂ ਕੋਈ ਬੰਦਾ ਬਾਹਰ ਨਿਕਲ ਗਿਆ, ਹੈ ਨਾ, ਅਤੇ ਮੈਂ ਭਰਾਵਾ ਆਪਾਂ ਇਹੋ ਜਿਹੇ ਬੰਦੇ ਨਹੀਂ ਹੈਗੇ ਵੀ ਆਪਾਂ ਸਿਰਫ ਮਿਊਜ਼ਿਕ ਮਿਊਜ਼ਿਕ ਤਾਂ ਜਾਣ ਕੋਈ ਦਿੱਕਤ। ਬਾਹਰ ਨਿਕਲ ਗਿਆ, ਹੈ ਨਾ, ਅਤੇ ਮੈਂ ਭਰਾਵਾ ਆਪਾਂ ਇਹੋ ਜਿਹੇ ਬੰਦੇ ਨਹੀਂ ਹੈਗੇ ਵੀ ਆਪਾਂ ਸਿਰਫ ਮਿਊਜ਼ਿਕ ਮਿਊਜ਼ਿਕ ਤਾਂ ਜਾਣ ਕੋਈ ਦਿੱਕਤ, ਕੋਈ ਮੇਰੇ ਬੰਦੇ ਨਾਲ ਲੋਇਲ ਨਹੀਂ, ਮੈਂ ਉਹਨਾਂ ਕਿੱਦਾਂ ਕੰਮ ਕਰ ਸਕਦਾ, ਹੈ ਨਾ। ਸੋ ਡਾਰਲਿੰਗ ਮੇਰੇ ਲਈ ਕਿੱਡ ਮੈਨੂੰ ਮੇਰਾ ਸੁਪਰਬ ਆਰਟਿਸਟ ਹੈ, ਮੇਰੇ ਨਾਲ ਬੈਂਗਲਸ ਹੋਣੀ ਨੇ, ਬੈਂਗਲਸ ਵੱਡੇ ਭਰਾ ਵਾਂਗੂ ਆ ਮੇਰੇ ਨਾਲ, ਹੈ ਨਾ, ਅਤੇ ਉਹ ਘੈਂਟ ਬੰਦਾ, ਦਿਲ ਦਾ ਹੀਰਾ ਬੰਦਾ, ਦੈਟਸ ਵਾਈ ਆਈ ਐਮ ਵਰਕਿੰਗ ਵਿਦ ਹਿਮ, ਹੈ ਨਾ। ਉਹ ਯੂਕੇ ਦਾ ਪ੍ਰੋਡਿਊਸਰ ਬਾਅਦ 'ਚ ਹੋ ਸਕਦਾ, ਸਾਰਾ ਕੁਛ ਬਾਅਦ 'ਚ ਹੋ ਸਕਦਾ, ਪਰ ਉਹ ਚੰਗਾ ਇਨਸਾਨ ਹੈ ਸਭ ਤੋਂ ਪਹਿਲਾਂ, ਹੈ ਨਾ, ਉਹਦੀ ਫੈਮਿਲੀ ਬਹੁਤ ਵਧੀਆ ਹੈ, ਉਹਦੇ ਮੰਮਾ ਪਾਪਾ, ਹੈ ਨਾ, ਉਹਦੇ ਯਾਨੀ ਕਿ ਸੰਸਕਾਰ ਸਾਰਾ ਕੁਛ, ਐਵਰੀਥਿੰਗ ਇਜ਼ ਵਧੀਆ, ਅਤੇ ਦੈਟਸ ਵਾਟ ਇਟ ਇਜ਼। ਮੈਨੂੰ ਜੋ ਚੀਜ਼ਾਂ ਮੈਟਰ ਕਰਦੀਆਂ ਨੇ, ਆਹ ਚੀਜ਼ਾਂ ਮੈਨੂੰ ਮੈਟਰ ਕਰਦੀਆਂ ਡਾਰਲਿੰਗ। ਮੈਨੂੰ ਕੋਈ ਕੋਈ ਕਿਸੇ ਦਾ ਕੋਈ ਕੀ ਕਰ ਰਿਹਾ, ਕਿਸੇ ਦਾ ਮਿਊਜ਼ਿਕ ਵਧੀਆ, ਪ੍ਰੋਵਾਈਡ ਹੋਊਂਗੇ ਵਾ ਫੱਕ ਅਬਾਊਟ ਐਨੀਬਡੀ, ਕੋਈ ਵੀ ਬੰਦਾ ਕਿਵੇਂ ਦਾ ਵੀ ਹੈ, ਪਰ ਮੇਰੇ ਲਈ ਮੈਨੂੰ ਜੋ ਮੈਨੂੰ ਵਧੀਆ ਲੱਗਦਾ ਡਾਰਲਿੰਗ ਮੈਂ ਉਹੀ ਕਰਦਾ। ਸੋ ਡਾਰਲਿੰਗ ਆਹ ਤੁਹਾਡੇ ਕੁਸ਼ਚਨ ਦਾ ਜਵਾਬ ਸੀ, ਤੁਸੀਂ ਕਹਿ ਰਹੇ ਸੀ ਉਹਦੀ ਬੀਟ ਫਲਾਨਾ, ਡਾਰਲਿੰਗ ਕੰਪੈਰੀਜ਼ਨ ਕਰਨਾ ਬੰਦ ਕਰੋ, ਹਰੇਕ ਬੰਦਾ ਆਪਣੇ ਤਰੀਕੇ ਨਾਲ ਆਪਦਾ ਕੰਮ ਕਰਦਾ, ਠੀਕ ਹੈ। ਕੋਈ ਐਡਾ ਢਿੱਡੋਂ ਘੈਂਟ ਨਹੀਂ ਜੰਮਿਆ ਹੁੰਦਾ, ਹਰੇਕ ਬੰਦੇ ਇੱਥੇ ਮਿਹਨਤ ਕਰਕੇ ਬਣੇ ਹੁੰਦੇ, ਸਾਰੇ ਬਣੇ, ਨਵੇਂ ਹੀ ਪੁਰਾਣੇ ਹੁੰਦੇ ਅਕਸਰ ਦੇ ਵਿੱਚ, ਪਹਿਲਾਂ ਮੈਂ ਵੀ ਨਵਾਂ ਆਇਆ ਸੀ, ਹੈ ਨਾ ਡਾਰਲਿੰਗ, ਮੈਂ ਵੀ ਆਪਦਾ ਕੰਮ ਕੀਤਾ। ਕਿੱਡ ਵੀ ਨਵਾਂ ਆਇਆ, ਹਜੇ ਉਹ ਸਿਰਫ 21 ਸਾਲਾਂ ਦਾ ਜਾਣਾ, ਠੀਕ ਹੈ ਨਾ, 21 ਮੈਂ ਉਹਨੂੰ ਲੱਗਿਆ, ਹਜੇ 20 ਸਾਲਾਂ ਦੀ ਉਮਰ ਹੋਣੀ ਉਹਦੀ, ਠੀਕ ਹੈ ਨਾ, ਅਤੇ 20 ਸਾਲਾਂ ਦੀ ਉਮਰ ਦੇ ਵਿੱਚ ਉਹ ਕੀ ਕੁਆਲਿਟੀ ਦਾ ਮਿਊਜ਼ਿਕ ਪ੍ਰੋਡਿਊਸ ਕਰਦਾ, ਮੈਨੂੰ ਪਤਾ ਉਸ ਚੀਜ਼ ਦਾ, ਠੀਕ ਹੈ। ਹਰੇਕ ਬੰਦੇ ਦਾ, ਅਸੀਂ ਇੰਡਸਟਰੀ ਦੇ ਵਿੱਚ ਰਹਿੰਦੇ, ਮੈਂ ਕੰਮ ਕਰਦਾ, ਹੈ ਨਾ ਡਾਰਲਿੰਗ, ਪਤਾ ਲੱਗ ਜਾਂਦਾ, ਹੈ ਨਾ, ਅਤੇ ਉਹ ਗਰੋ ਕੀਤਾ, ਅੱਗੇ ਵੀ ਬਹੁਤ ਕਰੂੰਗਾ, ਅਤੇ ਮੈਂ ਤੁਹਾਨੂੰ ਕਹਿੰਦਾ ਵਨ ਆਫ ਦਾ ਬੈਸਟ ਆਰਟਿਸਟ ਮਿਊਜ਼ਿਕ ਪ੍ਰੋਡਿਊਸਰ ਬਣੂੰਗਾ ਪੰਜਾਬੀ ਇੰਡਸਟਰੀ ਦਾ, ਹੈ ਨਾ, ਅਤੇ ਕਿਸੇ ਨੂੰ ਉਹਦੇ 'ਤੇ ਮੈਨੂੰ ਤਾਂ ਕੋਈ ਸ਼ੱਕ ਨਹੀਂ, ਜੇ ਤੁਹਾਨੂੰ ਹੋਊਗਾ ਤੁਹਾਡੇ ਉਹ ਸ਼ੱਕ ਦੂਰ ਕਰ ਦੂਗਾ, ਮੈਨੂੰ ਲੱਗਦਾ, ਹੈ ਨਾ, ਛੇਤੀ ਤੋਂ ਛੇਤੀ। ਅਤੇ ਬਾਕੀ ਦੂਜੀ ਗੱਲ ਡਾਰਲਿੰਗ, ਅਤੇ ਦੂਜੀ ਗੱਲ ਇਹ ਡਾਰਲਿੰਗ ਵੀ ਸਾਰੀ ਐਲਬਮ ਜਾਂ ਜੋ ਵੀ ਹੈਗੀ, ਹੈ ਨਾ, ਇਹਦੇ ਮੈਨੂੰ ਲੱਗਦਾ 13-14 ਵੀਡੀਓ ਡਾਇਰੈਕਟਰ ਨੇ, ਹੈ ਨਾ, ਮੈਂ ਸਾਰਿਆਂ ਦੇ ਜਿੰਨੇ ਬੰਦਿਆਂ ਨੇ ਮੇਰੇ ਨਾਲ ਕੰਮ ਕੀਤਾ, ਜਾਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੂੰਗਾ ਮੈਂ। ਖਾਸ ਕਰਕੇ ਮੇਰਾ ਭਰਾ ਬੈਂਗਲਸ ਹੋ ਗਿਆ, ਹੈ ਨਾ, ਕਿੱਡ ਹੋ ਗਿਆ, ਹੈ ਨਾ, ਵਿੱਚ ਸਾਰੇ ਪ੍ਰੋਡਿਊਸਰ ਮਿਊਜ਼ਿਕ ਪ੍ਰੋਡਿਊਸਰ ਨੇ, ਵੀਡੀਓ ਡਾਇਰੈਕਟਰ ਨੇ, ਜਿੰਨੇ ਵੀ ਹੈਗੇ ਨੇ, ਸਾਰੇ ਬੰਦਿਆਂ ਨੇ ਜਾਣ ਬਹੁਤ ਮਿਹਨਤ ਨਾਲ ਕੰਮ ਕੀਤਾ, ਅਤੇ ਉਮੀਦ ਕਰਦਾ ਤੁਸੀਂ ਐਪਰੀਸ਼ੀਏਟ ਕਰੋਗੇ। ਐਪਰੀਸ਼ੀਏਟ ਨਹੀਂ ਵੀ ਕਰੋਗੇ ਤਾਂ ਜੋ ਵੀ ਤੁਹਾਡੇ ਕ੍ਰਿਟਿਕਸ ਹੈ ਸਾਡੇ ਸਿਰ ਮੱਥੇ ਨੇ, ਇਹ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਸੁਧਾਰਦੇ ਰਹਾਂਗੇ, ਹੈ ਨਾ। ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਜਾਣ, ਹੈ ਨਾ, ਅਸੀਂ ਘੱਟੋ ਘੱਟ ਇੱਕ ਐਫਰਟ ਕੀਤਾ ਉਹਦਾ ਚੰਗੇ ਤਰੀਕੇ ਨਾਲ ਕੰਮ ਕਰਨ ਦਾ, ਅਤੇ ਐਟ ਦੀ ਐਂਡ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ, ਜਾਨ ਵੀ ਮਿਊਜ਼ਿਕ ਇਜ਼ ਮਿਊਜ਼ਿਕ, ਇਹਨੂੰ ਮਿਊਜ਼ਿਕ ਨੂੰ ਇੰਟਰਟੇਨਮੈਂਟ ਦੇ ਤੌਰ 'ਤੇ ਲਓ, ਸਾਰੀਆਂ ਚੀਜ਼ਾਂ ਨੂੰ, ਹੈ ਨਾ, ਜੋ ਤੁਹਾਨੂੰ ਵਧੀਆ ਲੱਗਦਾ ਉਹਨੂੰ ਐਪਰੀਸ਼ੀਏਟ ਕਰੋ, ਜਿਹੜਾ ਤੁਹਾਨੂੰ ਨਹੀਂ ਵਧੀਆ ਲੱਗਦਾ ਬਲੋਗ ਕਰਕੇ ਰਿਪੋਰਟ ਕਰਕੇ ਅੱਗੇ ਲੰਘ ਜਾਓ। ਸੋ ਨੈਗੇਟਿਵਿਟੀ, ਕਿਉਂਕਿ ਆਫਟਰ ਆਲ ਆਪਾਂ ਸਾਰੇ ਇੱਕੋ ਜਿਹੀਆਂ ਜਾਣ, ਹੈ ਨਾ, ਸਾਰੀ ਸੇਮ ਆਡੀਅੰਸ ਹੈ, ਜੇ ਆਪਾਂ ਆਪਸ 'ਚ ਇੱਕ ਦੂਜੇ ਨੂੰ ਉਹ ਸਿਸਟਮ ਕਰੀਏ ਉਹ ਚੰਗਾ ਹੀ ਲੱਗਦਾ, ਜਾਨ ਚੱਲ ਮੇਰੀ ਕਿਸੇ ਨਾਲ ਮੈਂਟੈਲਿਟੀ ਮੈਚ ਨਹੀਂ ਕਰਦੀ, ਮੈਂ ਤਾਂ ਸਿੱਧੀਆਂ ਗੱਲਾਂ ਕਰਦਾ ਵੀ ਠੀਕ ਹੈ ਯਾਰ ਮੈਨੂੰ ਵਧੀਆ ਨਹੀਂ ਲੱਗਦਾ, ਹੈ ਨਾ, ਪਰ ਮੈਂ ਇਹ ਨਹੀਂ ਚਾਹੁੰਦਾ ਵੀ ਕੋਈ ਮੇਰੇ ਕੋਈ ਫੈਨ ਬੇਸ ਜਾਂ ਕੋਈ ਕੁਛ ਹੋਰ ਕਿਸੇ ਨੂੰ ਵੀ, ਹੈ ਨਾ, ਕਿਸੇ ਦਾ ਕੋਈ
ਵੀ ਉਹ ਲੜਨਾ ਝਗੜਨਾ ਡਾਰਲਿੰਗ ਡਜ਼ਨ ਲੁੱਕ ਗੁੱਡ ਹਨਾ, ਅਤੇ ਸੋ ਆਪਦਾ ਤਰੀਕੇ ਨਾਲ ਜਾਣ ਬਿਹੇਵ ਕਰੋ ਸਾਰੇ ਹਨਾ, ਐਪਰੀਸ਼ੀਏਟ ਚੰਗੀ ਲੱਗਦੀ ਚੀਜ਼ ਕਰੋ ਅੱਗੇ, ਨਹੀਂ ਚੰਗੀ ਲੱਗਦੀ ਉਹਨੂੰ ਕਲਿੱਕ ਕਰਕੇ ਅੱਗੇ ਲੰਘ ਜਾਓ। ਬਾਕੀ ਡਾਰਲਿੰਗ ਐਲਬਮ ਆ ਵਿੱਚ ਆਈ ਐਮ ਬੈਕ ਗਾਣਾ, ਮੈਨੂੰ ਉਹਦੇ ਤੋਂ ਇੰਨੀ ਉਮੀਦ ਨਹੀਂ ਸੀਗੀ ਵੀ ਹਨਾ ਵੀ ਉਹ ਇੰਨਾ ਕਰੂਗਾ, ਕਿਉਂਕਿ ਮੇਰੇ ਲਈ ਜਿਹੜਾ ਦੂਜੇ ਗਾਣੇ ਸੀ ਵਿੱਚ ਐਮ ਬੈਕ ਇਜ਼ ਕਾਇੰਡ ਆਫ ਇੰਟਰੋ ਹਨਾ ਮੇਰੇ ਲਈ, ਵੀ ਉਹ ਐਲਬਮ ਦੀ ਇੰਟਰੋ ਸੀਗੀ ਵੀ ਹਾਂ ਯਾਰ ਵੀ ਮੈਂ ਵਾਪਸ ਆ ਗਿਆ। ਠੀਕ ਆ, ਸੋ ਉਹ ਗਾਣਾ ਬਹੁਤ ਘੈਂਟ ਪਰਫੋਰਮ ਕਰ ਰਿਹਾ ਹਨਾ, ਅਤੇ ਯਾਨੀ ਕਿ ਨੰਬਰ ਵਨ ਕੈਨੇਡਾ ਵਾਈਡ ਇੰਡੀਆ ਵਾਈਡ ਚੱਲ ਰਿਹਾ ਹਨਾ ਉਹ, ਅਤੇ ਅਨਫਕ ਵਿਦੇਵਲ ਸਰਪ੍ਰਾਈਜ਼ ਹੀ ਸੀਗਾ ਇੱਕ ਤਰ੍ਹਾਂ ਨਾਲ, ਉਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ। ਬਰਬਰੀ ਗਾਣਾ ਬਹੁਤ ਘੈਂਟ, ਜਿਹੜੇ ਬਰਬਰੀ ਦੀ ਇੱਕ ਅਲੱਗ ਆਡੀਅੰਸ ਹੈ, ਰੈਕਸ ਐਂਡ ਰਾਊਂਡ ਮੇਰਾ ਫੇਵਰੇਟ ਗਾਣਾ, ਮੈਨੂੰ ਵਧੀਆ ਲੱਗਦਾ ਗਾਣਾ ਹਨਾ, ਅਤੇ ਮੇਰੇ ਇੱਕ ਦੋ ਗਾਣੇ ਹੋਰ ਨੇ ਜਿਹੜੇ ਮੋਸਟ ਫੇਵਰੇਟ ਗਾਣੇ ਨੇ ਹਜੇ ਉਹ ਆਉਣੇ ਨੇ ਐਲਬਮ ਦੇ ਵਿੱਚ ਹਨਾ, ਅਤੇ ਉਹ ਵੀ ਮੈਂ ਉਮੀਦ ਕਰਦਾ ਵੀ ਤੁਹਾਨੂੰ ਵਧੀਆ ਲੱਗੂ ਗਾਣਾ, ਅਤੇ ਇਹ ਗਾਣਾ ਸਟੈਫਲਨ ਨਾਲ ਗਾਣਾ ਮੈਨੂੰ ਉਹ ਬਹੁਤ ਘੈਂਟ ਲੱਗਦਾ ਇੱਕ ਗਾਣਾ, ਅਤੇ ਇੱਕ ਗਾਣਾ ਹੋਰ ਹੈਗਾ ਕੀ ਨਾਮ ਸੀ ਯਾਰ ਉਹ ਗਾਣੇ ਦਾ, ਮੈਂ ਨਾਮ ਭੁੱਲ ਗਿਆ, ਅਤੇ ਕਈ ਗਾਣੇ ਨੇ ਜਾਣ ਯਾਨੀ ਕਿ ਹਨਾ ਵੀ ਇਹ ਆਹ ਗਾਣਾ ਮੈਨੂੰ ਤਾਂ ਕਰਕੇ ਵਧੀਆ ਲੱਗਦਾ ਕਿਉਂਕਿ ਮੇਰੀ ਜ਼ਿੰਦਗੀ ਦੇ ਨੇੜੇ ਤੇੜੇ ਹਨਾ, ਅਤੇ ਮੇਰੀ ਜਿਉਂ ਜਿਉਂ ਵਧੀ ਤਰੱਕੀ ਨਹੀਂ ਮੇਰਾ ਬਹੁਤ ਵਧੀ ਗਿਆ ਅਸਲਿਆਂ 'ਤੇ ਹਨਾ, ਅਤੇ ਹਰੇਕ ਬੰਦਾ ਜੋ ਜਿਉਂ ਜਿਉਂ ਗਰੋ ਕਰਦਾ ਸਾਰਿਆਂ ਦੇ ਹਨਾ ਉਹ, ਸੋ ਇਹ ਗਾਣੇ ਯਾਨੀ ਕਿ ਆਪਣੇ ਮੇਰੇ ਦਿਲ ਦੇ ਨੇੜੇ ਨੇ ਜੋ ਵੀ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹਨਾ। ਸੋ ਹੋਰ ਵੀ ਗਾਣੇ ਆਉਣੇ ਆ ਡਾਰਲਿੰਗ, ਕੱਲ੍ਹ ਨੂੰ ਵੀਡੀਓ ਆਉਣੀ ਆ ਇਸ ਗਾਣੇ ਦੀ, ਉਹ ਵੀ ਬਹੁਤ ਘੈਂਟ ਗਾਣਾ, ਰਾਜਾ ਕੁਮਾਰੀ ਉਹਦਾ ਫੀਚਰ ਹੈ ਅਤੇ ਉਹ ਬਹੁਤ ਘੈਂਟ ਜਾਊਗਾ। ਅਤੇ ਜਾਨ ਬਸ ਇੰਨੀਆਂ ਚੀਜ਼ਾਂ ਸੀਗੀਆਂ ਹਨਾ ਵੀ ਜਿਹਨੂੰ ਵੀ ਚੰਗਾ ਲੱਗਿਆ ਜਾਣ ਹਨਾ, ਸੁਣੋ ਗਾਣੇ, ਐਪਰੀਸ਼ੀਏਟ ਕਰੋ, ਜਿਹਨੂੰ ਵੱਡੀ ਵੀ ਲੱਗਦਾ ਸਕਿੱਪ ਕਰਕੇ ਅੱਗੇ ਲੰਘ ਜਾਓ ਹਨਾ, ਮਿੰਟ ਦਾ ਕੰਮ ਆ ਡਾਰਲਿੰਗ। ਅਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਾਨ, ਜਿੰਨੇ ਜਿੰਨੇ ਵੀ ਸੁਣਨ, ਜੇ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਕੁਐਸਚਨ ਕੋਈ ਗੱਲ ਹੈਗੀ ਆ ਤਾਂ ਮੈਥੋਂ ਪੁੱਛ ਸਕਦਾ, ਅਤੇ ਮੈਂ ਉਹਨੂੰ ਆਨਸਰ ਦੇ ਸਕਦਾ ਬਰੋ, ਕਿਉਂਕਿ ਉਦੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਕਦੋਂ ਲਾਈਵ ਹੋਣਾ ਹਨਾ, ਸ਼ਾਇਦ ਨਾ ਹੀ ਹੋਵਾਂ। ਨਰੋਤਮ ਸਿੱਧੂ ਤੁਹਾਡੀ ਮੂਵੀ ਲਗਾ ਕੇ ਸਿਸਟਮ ਹਾਰਟ ਬ੍ਰੇਕ ਸੌਂਗ ਜਨ, ਮੈਂ ਹੁਣ ਤੁਸੀਂ ਐਲਬਮ ਸੁਣੋ ਯਾਰ, ਤੁਹਾਨੂੰ ਆਪ ਹੀ ਪਤਾ ਲੱਗ ਜੂਗਾ, ਬਹੁਤ ਜ਼ਿਆਦਾ ਵੇਟ ਨਹੀਂ ਹੈਗੀ, ਅਤੇ ਯੂ ਗੋਨਾ ਨੋ, ਅਤੇ ਗਾਣੇ ਸਾਰੇ ਜਾਣ ਸਪੋਟੀਫਾਈ 'ਤੇ ਜਾ ਕੇ ਸੁਣਿਓ ਹਨਾ, ਅਤੇ ਕਿੰਨੇ ਵੀ ਬਾਕੀ ਸਾਰੇ ਐਪਰੀਸ਼ੀਏਟ ਕਰ ਰਹੇ ਹੋ, ਅਤੇ ਸਾਰਿਆਂ ਦੇ ਡਾਰਲਿੰਗ ਥੈਂਕ ਯੂ ਹਨਾ, ਅਤੇ ਲਵ ਯੂ ਸੋ ਮੱਚ ਸਾਰਿਆਂ ਨੂੰ ਐਪਰੀਸ਼ੀਏਟ ਕਰਨ ਲਈ, ਤੁਸੀਂ ਆਪਣਾ ਧਿਆਨ ਰੱਖਿਓ ਸਾਰੇ ਹਨਾ, ਉਮੀਦ ਕਰੂੰਗਾ ਤੁਸੀਂ ਸਾਰੇ ਜਣੇ ਠੀਕ ਰਹੋਗੇ। 21 ਜੁਲਾਈ ਤੱਕ ਪੜਾਕੇ ਪੈਣੇ ਆ ਡਾਰਲਿੰਗ, ਸੁਣੀ ਚੱਲਿਓ, ਅਤੇ ਬਾਕੀ ਸਾਰਿਆਂ ਨੂੰ ਲਵ ਯੂ ਡਾਰਲਿੰਗ, ਆਪਣਾ ਧਿਆਨ ਰੱਖਿਓ, ਬਾਬਾ ਮਿਹਰ ਕਰੂਗਾ, ਸਟੇ ਸੇਫ ਸਟੇ ਹੈਪੀ, ਲਵ ਯੂ ਗਾਇਸ। Music